ਸਸ਼ੀ ਗਾਜੀ ਸਾਰੇ ਨੂੰ ਮੈਂ ਕੁਝ ਕੁ ਫਿਰ ਤੋਂ ਸਵਾਗਤ ਕਰਦਾ ਥੋੜਾ ਪੰਜਾਬ 247 ਦੇ ਅਫੀਸ਼ੀਅਲ YouTube ਚੈਨਲ ਤੇ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਅੱਜ ਇਹਨੂੰ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਵਗੇ ਥੋੜੀ ਇੱਕ ਦੋਸਤੋ স্পেশਲ ਸੈਸ਼ਨ ਇੱਕ ਸਪੈਸ਼ਲ ਕਲਾਸ ਜੋ ਕਿ ਕਿਹਦੀ ਦੀਵਾਲੀ ਟਾਈਮ ਚੱਲ ਰਿਹਾ ਹੈ ਦਾ ਸਭ ਤੋਂ ਪਹਿਲੇ ਤਾਂ ਮੇਰੇ ਵੱਲੋਂ ਤੇ ਪੂਰੀ ਪੰਜਾਬ 247 ਦੀ ਟੀਮ ਵੱਲੋਂ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਹੈਪੀ ਦੀਵਾਲੀ ਮੈਂ ਕਹਿੰਦਾ ਮੈਂ ਚਾਹੁੰਗਾ ਕੀ ਜੋ ਆਉਣ ਵਾਲਾ ਸਮਾਂ ਹੋਵੇ ਜੋ ਆਉਣ ਵਾਲੀ ਦੀਵਾਲੀ ਹੋਵੇ ਅਗਲੇ ਸਾਲ ਦੀ ਉਸ ਤੋਂ ਪਹਿਲੇ ਤੁਸੀਂ ਸਾਰੇ ਦੋਸਤ ਜੋ ਇਸ ਟਾਈਮ ਤੇ ਕਲਾਸ ਲਗਾ ਰਹੇ ਹੋ ਸਾਰੇ ਬੱਚੇ ਸਰਕਾਰੀ ਨੌਕਰੀ ਲੈ ਕੇ ਕੱਚੇ ਖਾਸੇ ਇੱਕ ਪੋਸਟ ਤੇ ਹੋਣੇ ਕੱਚੇ ਕਾਜ਼ੇ ਰੈਂਕ ਤੇ ਹੋਣ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਪੂਰੇ ਪਰਿਵਾਰ ਦੀ ਤਰਫੋਂ ਪੰਜਾਬ 247 ਦੀ ਤਰਫੋਂ ਪੂਰੇ ਪਰਿਵਾਰ ਨੂੰ ਤੁਹਾਨੂੰ ਤੇ ਹੈਪੀ ਦੀਵਾਲੀ ਤੇ ਵਿੱਚ ਤਿਆਰੀ ਕਰ ਰਹੇ ਹਾਂ ਕਿਸੇ ਵੀ ਪੇਪਰ ਦੀ ਬਹੁਤ ਵਧੀਆ ਮੌਕਾ ਹੈ ਦੀਵਾਲੀ ਟਾਈਮ ਚੱਲ ਰਿਹਾ ਹੈ ਤੇ ਦੀਵਾਲੀ ਟਾਈਮ ਤੇ ਆਫਰ ਵੀ ਬਹੁਤ ਸਾਰੇ ਲੱਗੇ ਹੋਏ ਵੀ ਦੱਸ ਦੇਣਾ ਫਿਰ ਆਪਾਂ ਕਰਦੇ ਹਾਂ ਸੈਸ਼ਨ ਦੀ ਸ਼ੁਰੂਆਤ ਬੱਚੇ ਦੀਵਾਲੀ ਦੇ ਬੱਚੇ ਇਸ ਖਾਸ ਮੌਕੇ ਤੇ ਇੱਕ ਵਾਰੀ ਫਟਾਫਟ ਇੱਕ ਵਾਰੀ ਕਲਾਸ ਨੂੰ ਵੀ ਜਰੂਰ ਸ਼ੇਅਰ ਕਰ ਦੇਓਗੇ ਬੱਚੇ ਅਗਿਆਨ ਵਾਲੇ ਜਿੰਨੇ ਵੀ ਪੇਪਰ ਹੈ ਬੱਚੇ ਜਿੰਨੇ ਵੀ ਪੇਪਰ ਹੈ ਅਗਿਆਪਕਮਿੰਗ ਦੇ ਵਿੱਚ ਮੈਂ ਜੇ ਆ ਗੱਲ ਕਰਾਂ ਦੇਖੋ ਵੈਕੈਂਸੀਆਂ ਦੀ ਕਮੀ ਨਹੀਂ ਹੈ ਵੈਕੈਂਸੀਆਂ ਤਾਂ ਹੁਣੇ ਵੀ ਆਈਆਂ ਸਿਗੀਆਂ ਜੀਐਲ ਵਾਰਡਰ ਹੋ ਗਿਆ ਪੀਟਪਲ ਸਬੀ ਕਲਰਕ ਹੋ ਗਿਆ ਸੀਨੀਅਰ ਅਸਿਸਟੈਂਟ ਹੋ ਗਿਆ ਲੇਬਰ ਇਨਸਪੈਕਟਰ ਹੋ ਗਿਆ ਸਾਰੇ ਪੇਪਰ ਪੰਜਾਬ ਪੁਲਿਸ ਦੇ 10000 ਰਿਲੀਜ਼ ਮਤਲਬ ਇਹ ਰਿਲੀਜ਼ ਹੋਣੀ ਆ ਹੈ ਵੈਸੇ ਤਾਂ ਵੈਸੇ ਕਨਫਰਮੇਸ਼ਨ ਤਾਂ ਹੋ ਰਹੀ ਕਿ ਨੰਬਰ ਇਹ ਪਟਵਾਰੀ ਦੀ 1000 ਪੋਸਟਾਂ ਆਣੀ ਆ ਹੈ ਤੇ ਚੰਡੀਗੜ੍ਹ ਪੁਲਿਸ ਆਂਗਨਵਾੜੀ ਦੇ ਨਾਲ ਜਿੰਨੀਆਂ ਵੀ ਪੋਸਟਾਂ ਹਨ ਜੇ ਤੁਸੀਂ ਇਹਨਾਂ ਵਾਸਤੇ ਡੈਡੀਕੇਸ਼ਨ ਦੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤੁਹਾਡੇ ਮਨ ਦੇ ਵਿੱਚ ਅੱਗੇ ਸਰ ਮੈਂ ਪ੍ਰੋਪਰ ਡੈਡੀਕੇਸ਼ਨ ਦੇ ਨਾਲ ਚਾਹੇ ਤਿਆਰੀ ਕਰਨਾ ਚਾਹਨਾ ਗਿਆਨ ਵਾਲਾ ਲੇਬਰ ਇਨਸਪੈਕਟਰ ਦਾ ਪੇਪਰ ਹੋ ਪਿੱਛੇ ਜੇਲ੍ਹ ਵਾਲ ਆਰਡਰ ਹੋ ਕੇ ਹਟਿਆ ਬੱਚੇ ਤੁਹਾਡੇ ਸਾਹਮਣੇ ਹੈ ਪੰਜਾਬ 247 ਦੇ ਰਿਜ਼ਲਟ ਠੀਕ ਹੈ ਤੇ ਆ ਜਿੰਨੇ ਵੀ ਪੇਪਰ ਹੈ इवन ਪੰਜਾਬ ਦਾ ਕੋਈ ਵੀ ਪ੍ਰੀਅਰ ਮਾਸਟਰ ਗ੍ਰੈਡਰ ਹੋ ਗਿਆ ਪੀਐਸਟੇਟ ਹੋ ਗਿਆ ਈਡੀਟੀ ਹੋ ਗਿਆ ਜਿਹੜੇ ਮਰਜੀ ਪੇਪਰ ਹੈ ਇਹ ਸਾਰੇ ਪੇਪਰਾਂ ਦੀ ਤਿਆਰੀ ਤੁਹਾਨੂੰ ਇੱਕੋ ਹੀ ਥਾਂ ਤੇ ਕਰਵਾਈ ਜਾਂਦੀ ਹੈ ਪੰਜਾਬ ਦੇ ਮਹਾਪੈਗ ਦੇ ਵਿੱਚ ਚਾਹੇ ਲੇਬਰ ਇਨਸਪੈਕਟਰ ਹੈ ਕਲਰਕ ਹੈ ਸੀਨੀਅਰ ਅਸਿਸਟੈਂਟ ਹੈ ਪੀਟ ਰਿਪਲਸ ਵੀ ਕਲਰਕ ਹੈ ਪੰਜਾਬ ਪੁਲਿਸ ਐਸਆਈ ਇਨਸਪੈਕਟਰ ਐਸਆਈ ਫਾਊਂਡੇਸ਼ਨ ਬੈਚ ਹੈ ਪੰਜਾਬ ਪੁਲਿਸ ਕਨਸਟੇਬਲ ਦਾ ਜੋ ਨਵਾਂ ਬੈਚ ਜੋ ਟਾਰਗੇਟਡ ਫॉर 2000 2025 ਬਾਸ ਸਟਾਰਟ ਹੋ ਰਿਹਾ ਹੈ ਤਾਂ ਉਹ ਸਾਰੇ ਬੈਚ ਬੱਚੇ ਤੁਹਾਨੂੰ ਪੰਜਾਬ ਦੇ ਮਹਾਪੈਕ ਦੇ ਵਿੱਚ ਮਿਲ ਜਾਂਦੇ ਆ ਇਹ ਹੀ ਪੰਜਾਬ ਦਾ ਮਹਾਪੈਕ ਡਿਸਕਾਊਂਟ ਕੋਡ Y752 ਲਾ ਕੇ 3200 ਦੇ ਐਕਸਲ ਵਾਸਤੇ ਪੈਂਦਾ ਸੀ ਦੀਵਾਲੀ ਟਾਈਮ ਹੈ ਬੱਚੇ ਦੀਵਾਲੀ ਦਾ ਆਫਰ ਹੈ ਤੁਹਾਡੇ ਵਾਸਤੇ ਇਹੀ ਪੰਜਾਬ ਦਾ ਮਹਾਪੈਕ 3219 ਇੱਕ ਸਾਲ 3219 ਇੱਕ ਸਾਲ ਮਤਲਬ 12 ਮਹੀਨੇ ਨਹੀਂ ਇਹ ਬੱਚੇ 3219 ਦਾ ਇੱਕ ਸਾਲ ਵਾਸਤੇ ਨਹੀਂ ਪਏਗਾ ਤੁਹਾਨੂੰ ਇਹਦੇ ਦੇ ਬੱਚੇ ਆਫਰ ਲੱਗਿਆ ਉਹ ਸਿਰਫ ਤੋਂ ਸਿਰਫ 1726 ਦਾ ਪੈ ਰਿਆ ਹੈ ਉਹ ਵੀ ਇੱਕ ਸਾਲ ਦੀ ਥਾਂ ਤੇ ਇੱਕ ਸਾਲ ਤੇ ਹੁੰਦੇ ਬੱਚੇ 12 ਮਹੀਨੇ 12 ਦੀ ਥਾਂ ਤੇ 22 ਮਹੀਨੇ ਮਤਲਬ ਵੈਲਿਡਿਟੀ ਦੇਖੋਗੇ ਤਾਂ ਤੈਨੂੰ ਗੁਣਾ ਅਪਰੋਕਸ ਜਾ ਰਹੀ ਹੈ ਮੈਂ ਇਹ ਨਹੀਂ ਕਹ ਰਿਹਾ ਕਿ 3 90 3 3 ਨੂੰ ਗੁਣਾ টাইম ਇਹ ਕਹ ਦੂੰਗਾ ਕਿ 22 ਮਿੰਟ ਲੱਗਣਗੇ ਸਿਲੈਕਸ਼ਨ ਨੂੰ ਸਿਲੈਕਸ਼ਨ ਲੋ ਬੱਚੇ ਕਿਸੇ ਹੋਰ ਪੇਪਰ ਦੀ ਤਿਆਰੀ ਕਰਨ ਦੇ ਵਿੱਚ ਕਰ ਸਕਦੇ ਹੋ ਤੁਸੀਂ ਆਪ ਦੀ ਆਈਡੀ ਕਿਸੇ ਬਾਅਦ ਚਾਹਵਦੇ ਸਿਲੈਕਟ ਹੋਣ ਤੋਂ ਬਾਅਦ ਫਰੈਂਡ ਨੂੰ ਦੇ ਸਕਦੇ ਹੋ ਚਲਾ ਸਕਦਾ ਹੈ ਬਸ ਇੱਕ ਗੱਲ ਦਾ ਧਿਆਨ ਰੱਖਣਾ ਬੱਚੇ ਸਾਰੇ ਟੀਚਰਾਂ ਦੀ ਗਾਈਡੈਂਸ ਕਲਾਸ ਵਾਸਤੇ ਲਾਈਵ ਰੈਂਕ ਵਾਲੇ ਟੈਸਟ ਵਾਸਤੇ ਡਿਸਕਾਊਂਟ ਕੋਡ ਵਰਤਣਾ ਹੈ Y752 एने गड़बड़ नहीं कर देनी कई बार बच्चे होंगे कि सर मैं इदा उन्होंने कहीं कहता है ध्यान रखना है सारे टीचर की गाइडेंस कलास लाइव रैंक वाई सैवन फाइव टू वाई सत्त सौ बवंजा फिलहाल चलते हैं बच्चे आई दपैशल क्लास के पहले सवाल से दसोंगे आंसर किएगा शाबश आ देखते दे हाँ आई द्लास का बच्चे पहला सवाल थोड़ी स्क्रीन से आ चुके हैं जीरो पॉइंट एक सौ छियानवे प्लस एक पॉइंट छियानवे प्लस पॉइंट छे ਪਲੱਸ 196 ਹੁਣ ਜੋ ਆ ਟੋਟਲ ਹੈ ਬੱਚੇ ਕਿੰਨਾ ਹੋਊਗਾ ਹੁਣ ਬੱਚੇ ਮੇਨ ਤੌਰ ਤੇ ਕੀ ਹੁੰਦਾ ਜਦੋਂ ਵੀ ਇਸ ਤਰੀਕੇ ਦਾ ਸਵਾਲ ਸਿੰਪਲੀਫਿਕੇਸ਼ਨ ਦਾ ਪੁੱਛ ਲਿੱਤਾ ਆ ਗਿਆ ਪੇਪਰ ਦੇ ਵਿੱਚ ਤਾਂ ਬੱਚੇ ਆਪਾਂ ਕੀ ਬੱਚੇ ਕੀ ਕਰਦੇ ਹੈਗੇ ਕਿ ਹਾਂ ਨੂੰ ਪੂਰਾ ਜੋੜਨ ਲੱਗ ਜਾਣਗੇ ਵਿੱਚ ਪੂਰਾ ਜੋੜਨ ਦੀ ਲੋੜ ਨਹੀਂ ਹੈ ਨੋ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਡਿਜੀਟਲ ਸਮ ਬੱਚੇ ਆਪਾਂ ਕੀ ਅਪਲਾਈ ਕਰਾਂਗੇ ਤੇ ਕੀ ਅਪਲਾਈ ਕਰਾਂਗੇ ਡਿਜੀਟਲ ਸਮ ਅਪਲਾਈ ਕਰਾਂਗੇ ਡਿਜੀਟਲ ਸਮ ਬੱਚੇ ਕੀ ਕਰਾਂਗੇ ਅਪਲਾਈ ਕਰਾਂਗੇ ਹੁਣ ਡਿਜੀਟਲ ਸਮ ਕਿੱਦਾਂ ਅਪਲਾਈ ਕਰਾਂਗੇ ਦੇਖੋ ਜਰਾ ਹੁਣ ਡਿਜੀਟਲ ਸਮ ਦੇ ਵਿੱਚ ਵਿੱਚ ਨੋ ਦਾ ਮਤਲਬ ਡਿਜੀਟਲ ਸਮ ਨੂੰ ਮੇ ਡੀਐਸ ਲਿਖ ਰਿਹਾ ਹਾਂ ਬੱਚੇ ਨੋ ਦਾ ਮਤਲਬ ਕੀ ਹੁੰਦਾ ਹੈ ਜ਼ੀਰੋ ਹੁੰਦਾ ਹੈ ਨੋ ਦਾ ਮਤਲਬ ਕੀ ਹੁੰਦਾ ਹੈ ਜ਼ੀਰੋ ਹੁੰਦਾ ਹੈ ਪਹਿਲੇ ਆਪਾਂ ਸਾਰੇ ਆਪਸ਼ਨ ਚੈੱਕ ਕਰ ਲਈਏ ਕਿ ਡਿਜੀਟਲ ਸਮ ਕਿੰਨੇ-ਕਿੰਨੇ ਬੰਡ ਰਿਹਾ ਬੱਚੇ ਦੇਖੋ ਨੋ ਦਾ ਮਤਲਬ ਜ਼ੀਰੋ ਜਿੱਥੇ ਵੀ ਨੋ ਬਣੇਗਾ ਜ਼ੀਰੋ ਕਰ ਦਿਓ ਦੇਖੋ 7 ਤੇ 2 ਨੋ ਦਾ ਮਤਲਬ ਜ਼ੀਰੋ ਧਿਆਨ ਨਾਲ ਦੇਖੋਗੇ 1 ਤੇ 7 8 8 ਤੇ 5 13 13 ਤੇ 6 19 ਹੁਣ 61 7 ਤੇ 2 9 ਦਾ ਮਤਲਬ 0 75 12 12 ਤੇ 6 18 ਹੁਣ 18 ਦਾ ਮਤਲਬ 1 ਤੇ 8 ਕਿੰਨਾ ਹੋ ਗਿਆ 9 ਹੋ ਗਿਆ 21 35 87 15 15 5 20 ਤੇ 6 26 ਹੁਣ 26 ਦਾ ਮਤਲਬ ਬੱਚੇ ਕਿੰਨਾ ਹੋ ਗਿਆ 2 6 8 ਹੋ ਗਿਆ 72 9 ਦਾ ਮਤਲਬ 0 1 ਤੇ 6 7 ਤੇ 7 14 ਤੇ 6 20 20 ਦਾ ਮਤਲਬ ਕਿੰਨਾ ਹੋ ਗਿਆ ਬੱਚੇ 20 ਦਾ ਮਤਲਬ ਹੋ ਗਿਆ 2 ਤੇ 0 2 ਆ ਜੋ ਸਾਰੇ ਆਪਸ਼ਨ ਨੇ ਬੱਚੇ ਨੱਚ ਗਿਆ ਡਿਜੀਟਲ ਸਿੰ ਡਿਜੀਟਲ ਸਮਝੋ ਵੱਖ-ਵੱਖ ਆ ਰਿਹਾ ਹੈ ਜੋ ਡਿਜੀਟਲ ਸਮਝੋ ਹੈ ਉਹ ਅਲੱਗ-ਅਲੱਗ ਆ ਰਿਹਾ ਹੈ ਬੱਚੇ ਆਪਾਂ ਇਹ ਵਿੱਚ ਕੀ ਕਰਾਂਗੇ ਦੇਖੋ ਜਰਾ ਆਪਾਂ ਇਹ ਦੇਖਦੇ ਹਾਂ ਕਿ ਹੁਣ ਆਪੋ ਦੇਖ ਲੈ 9 ਦਾ ਮਤਲਬ 0 ਹੈ ਬੱਚੇ ਜਿਹੜੇ ਵੀ 9 ਨੂੰ ਕੱਢ ਦੋ ਕਿਉਂਕਿ 0 ਹੀ ਹੈ ਕੋਈ ਫਰਕ ਹੀ ਨਹੀਂ ਪੈਗਾ ਜਿਵੇਂ ਆਪਾਂ ਵਾਲਾ ਮੈਂ ਕੀਤਾ ਹੈ ਤੁਹਾਡੇ ਸਾਹਮਣੇ ਵੀ ਕੀਤਾ ਹੈ ਦੇਖੋ 1 ਤੇ 6 7 ਤੇ 1 8 ਤੇ 6 14 14 ਤੇ 1 15 15 ਤੇ 6 21 1 22 ਤੇ 6 28 ਹੁਣ 28 ਦਾ ਮਤਲਬ ਕਿੰਨਾ ਹੁੰਦਾ ਬੱਚੇ 28 ਦਾ ਮਤਲਬ ਹੁੰਦਾ 2 8 10 1 ਜਿਹੜੇ ਆਪਸ਼ਨ ਚ ਇੱਕ ਬਣ ਰਿਹਾ ਬੱਚੇ ਉਹੀ ਹੈ ਸਵਾਲ ਦਾ ਸਹੀ ਜਵਾਬ ਹੋਊਗਾ ਚਾਹੇ ਜੋ ਚਾਹੇ ਕੋਈ ਜਿੰਨਾ ਮਰਜੀ ਜੋਰ ਲਾ ਲੇ ਬੱਚੇ ਤਾਂ ਇਹਦੇ ਚ ਏ ਆਪਸ਼ਨ will be the right answer ਕਿਉਂਕਿ ਇਹਦੇ ਵਿੱਚ ਇੱਕ ਬਣ ਰਿਹਾ ਬਾਕੀ ਸਾਰਿਆਂ ਚ 9 8 2 ਬਣ ਰਹੀ ਹੈ 1 6 7 1 8 14 15 ਤੇ 6 21 21 ਤੇ 1 22 26 28 28 ਮਤਲਬ 28 10 10 ਦਾ ਮਤਲਬ ਇੱਕ ਮਤਲਬ ਅਨਸਰ ਕਿੰਨਾ ਆ ਜਾਏਗਾ ਬੱਚੇ ਅਨਸਰ ਆਜੂਗਾ ਏ অপਸ਼ਨ ਅਨਸਰ ਕਿੰਨਾ ਆ ਜਾਏਗਾ ਬੱਚੇ ਏ অপਸ਼ਨ ਆਜੂਗਾ ਅਨਸਰ ਕਿੰਨਾ ਆ ਜਾਏਗਾ ਬੱਚੇ ਏ অপਸ਼ਨ will be the right answer ਫਟਾਫਟ ਇੱਕ ਵਾਰੀ ਸਾਰੇ ਬੱਚੇ ਥੰਬਸ ਅਪ ਕਰ ਦੋਗੇ ਕਿ ਸਰ ਇਹਨੀ ਗੱਲ ਕਲੀਅਰ ਹੈ ਨਹੀਂ ਗੱਲ ਓਕੇ ਆਪਾਂ ਅੱਗੇ ਚਲਾਂਗੇ ਕਲੀਅਰ ਹੈ ਨਹੀਂ ਗੱਲ ਚਲਿਓ ਬੱਚੇ ਇੱਕ ਵਾਰੀ ਥੰਬਸ ਅਪ ਕਰ ਦੋਗੇ ਸ਼ਬਾ ਇਸ ਕੋਈ ਸਾਰੇ ਬੱਚੇ ਕਲਾਸ ਨੂੰ ਵੀ ਲਾਈਕ ਲਾਈਕ ਜਰੂਰ ਕਰ ਦੋਗੇ ਜਿਹੜਾ ਨੇ ਹਰ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਹੋਇਆ ਅਗਲੇ ਕੁਐਸਚਨ ਤੇ ਚ ਬਹੁਤ ਸ਼ਾਨਦਾਰ ਸਵਾਲ ਬੱਚੇ ਥਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਸਵਾਲ ਥਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਸਵਾਲ ਬੱਚੇ ਕਹਿੰਦਾ ਕੀ ਹੈ ਕਹਿੰਦਾ A ਨੇ B ਨੂੰ 2 ਸਾਲਾਂ ਲਈ 5000 ਰੁਪਏ ਅਤੇ C ਨੂੰ 4 ਸਾਲਾਂ ਲਈ 3000 ਰੁਪਏ ਉਸੇ ਵਿਆਜ ਦੀ ਦਰ ਤੇ ਸਧਾਰਨ ਵਿਆਜ ਤੇ ਉਧਾਰ ਦਿੱਤੇ ਵਿਆਜ ਉਹ ਜੋ ਦੋਵਾਂ ਤੋਂ ਕੁੱਲ 2200 ਰੁਪਏ ਪ੍ਰਾਪਤ ਕੀਤੇ ਤਾਂ ਵਿਆਜ ਦੀ ਦਰ ਕਿੰਨੀ ਹੈ ਦੇਖੋ A ਦੀ ਗੱਲ ਕਰੀਏ ਬੱਚੇ ਤੇ A ਦੇ ਨਾਲ ਕਰੀਏਗਾ ਆਪਾਂ ਗੱਲ ਕੀ ਦੀ B ਦੀ ਦੋ ਬੰਦੇ ਹੈ A ਨੇ B ਨੂੰ 2 ਸਾਲਾਂ ਵਾਸਤੇ 5000 ਤੇ C ਨੂੰ ਕਿੰਨੇ ਦਿੱਤੇ 3000 ਦਿੱਤੇ ਹੈ ਏ ਨੂੰ ਦਿੱਤੇ ਕਿੰਨੇ 5000 ਏ ਨੇ ਬੀ ਨੂੰ ਕਿੰਨੇ ਦਿੱਤੇ ਹੈਗੇ ਅੱਛਾ ਏ ਦੇ ਰਿਹਾ ਬੱਚੇ ਤਾਂ ਮੈਂ ਕਹਿ ਦੂੰਗਾ ਕਿ ਬੀ ਨੂੰ ਦਿੱਤੇ ਹੈ 5000 ਸੀ ਨੂੰ ਕਿੰਨੇ ਦਿੱਤੇ ਬੱਚੇ ਤੁਸੀਂ ਕਹਿ ਦੋਗੇ ਸਰ ਸੀ ਨੂੰ ਦਿੱਤੇ ਹੈ 3000 ਰੁਪਏ ਮਤਲਬ ਦੋਨਾਂ ਨੂੰ ਅਲੱਗ-ਅਲੱਗ ਪੈਸੇ ਦਿੱਤੇ ਹੈ ਇਹਨੂੰ 5000 ਨੂੰ 3000 ਹੁਣ ਬੱਚੇ ਏ ਨੂੰ ਦਿੱਤੇ ਹੈ 2 ਸਾਲਾਂ ਵਾਸਤੇ ਏ ਨੂੰ ਦਿੱਤੇ ਹੈ 2 ਸਾਲਾਂ ਵਾਸਤੇ ਬੀ ਨੂੰ ਕਿੰਨੇ ਸਾਲਾਂ ਅਸੀਂ ਇਹਨੂੰ ਕਿੰਨੇ ਦਿੱਤਾ ਸਾਲਾਂ ਵਾਸਤੇ ਦਿੱਤੇ ਹੈਗੇ ਉਹਨੂੰ ਦਿੱਤੇ 4 ਸਾਲ ਵਾਸਤੇ A ਨੇ B ਨੂੰ ਪੈਸਾ ਦਿੱਤਾ 2 ਸਾਲ ਵਾਸਤੇ ਇਹਨੂੰ ਦਿੱਤਾ 4 ਸਾਲਾਂ ਵਾਸਤੇ ਹੁਣ ਕਹਿੰਦਾ ਕੀ ਹੈ ਕਿ ਸਧਾਰਨ ਵਿਆਇ ਤੇ ਉਧਾਰ ਦਿੱਤੇ ਤੇ ਸਧਾਰਨ ਵਿਆਜ ਜੋ ਬੱਚੇ ਸਿੰਪਲ ਇੰਟਰਸਟ ਜੋ ਆਇਆ ਦੋਨਾਂ ਤੇ ਕੁੱਲ ਮਿਲਾ ਕੇ ਕਿੰਨੇ 2200 ਰੁਪਏ ਪ੍ਰਾਪਤ ਕੀਤੇ ਹੈ ਮਤਲਬ ਇਹਨਾਂ ਦੋਨਾਂ ਤੇ ਕੁੱਲ ਵਿਆਜ ਜੋ ਆਇਆ ਬੱਚਿਓ ਕਿੰਨਾ ਆਇਆ ਹੈ 220 ਆਇਆ ਹੈ ਇਹਨਾਂ ਦੋਨਾਂ ਤੇ ਕੁੱਲ ਵਿਆਜ ਜੋ ਆਇਆ ਹੈ 220 ਆਇਆ ਹੈ ਦੇਖੋ ਹੁਣ ਸਭ ਤੋਂ ਬੈਸਟ ਮੈਥਡ ਹੈ ਕਿ ਬੱਚੇ ਇੱਥੇ ਆਪਾਂ ਆਪਸ਼ਨ ਪੁੱਟ ਕਰੀਏ ਕਿ ਜਿਹੜਾ 220 ਬਣਾਇਆ ਗਿਆ ਉਹ ਸਹੀ ਜਵਾਬ ਹੋ ਜਾਊਗਾ ਸਭ ਤੋਂ ਪਹਿ ਜਦੋਂ ਵੀ ਆਪਸ਼ਨ ਪੁੱਟ ਕਰੋ ਜਿਆਦਾਤਰ ਚਾਂਸਸ ਇਹ ਹੁੰਦੇ ਕਿ ਰਾਉਂਡ ਫਿਗਰ ਦੇ ਵਿੱਚ ਆਪਸ਼ਨ ਪਿਕ ਕਰੋ ਫੋਰ ਐਗਜ਼ਾਮਪਲ 10% ਹੈ ਮੈਂ ਜੇ ਇੱਥੇ 10% ਦੇਖਾਂ ਤਾਂ ਬੱਚੇ 10 ਦੁਨਾ ਕਿੰਨਾ ਹੋ ਜਾਊਗਾ 20% ਜੇ ਮੈਂ ਇੱਥੇ 10% ਕਰਾਂਗਾ ਬੱਚੇ ਤਾਂ ਕਿੰਨਾ ਆ ਜਾਏਗਾ 10 ਚੋਕੇ 40% ਆ ਜਾਏਗਾ ਮਤਲਬ ਇੱਥੇ 20% ਵਿਆਜ ਮਿਲੂਗਾ ਤੇ 40% ਵਿਆਜ ਮਿਲੂਗਾ ਹੁਣ ਮੈਂ ਜੇ ਦੋਨਾਂ ਦਾ ਟੋਟਲ ਕਰਾਂਗਾ 5000 ਦਾ 20% 5 ਦੁਨਾ 10 ਮਤਲਬ 1000 ਰੁਪਏ 5000 ਦਾ 20% ਇੱਥੇ 1000 ਰੁਪਏ ਵਿਆਜ ਹੋ ਗਿਆ 3 ਚੋਕੇ 12 12 ਦਾ ਮਤਲਬ 1200 ਰੁਪਏ ਵਿਆਜ ਹੋ ਗਿਆ ਬੱਚੇ ਕਿੰਨਾ ਹੋ ਗਿਆ 1200 ਰੁਪਏ ਵਿਆਜ ਹੋ ਗਿਆ ਤਾਂ 1000 ਤੇ 1200 2200 ਬਿਲਕੁਲ ਬਣ ਰਿਹਾ ਬੱਚੇ

दिस इज द ग्रेटेस्ट क्वेश्चन बच्चे ए रेशियो के दे, दे रखे है जोड़ दे रखे है एक्स माइनस वाई एक्स प्लस वाई में यूज करके कोई ना कोई आंसर पूछ रहा है किस तरीके डील किया जाऊगा बच्चे सवाल देखो एक्स रेशियो वाई इज इक्वल टू थ्री रेशियो टू एंड एक्स प्लस वाई इज इक्वल टू नाइनटी सेवन एक्स माइनस वाई रेशियो एक्स प्लस वाई इस क्वेश्चन मैक कि होगा बचे हूँ जो मैं देखो एक सिंपल की गल करता हाँ कि एक्स वाई बच्चे कि एक्स वाई तीन दो ठीक है x+y ਬੱਚੇ ਕਿੰਨਾ ਹੈ x+y ਹੈ 90 ਹੁਣ ਇੱਕ ਸਿੰਪਲ ਜੀ ਚੀਜ਼ ਦੇਖੋ ਯਾਰ ਕਿ ਜੇ x ਤੇ y ਦਾ ਜੋੜ 90 ਕਹਿ ਰਿਹਾ ਬੱਚੇ x ਤੇ y ਦਾ ਜੋੜ ਕੀ ਕਹਿ ਰਿਹਾ 90 ਕਹਿ ਰਿਹਾ ਹੈ x:y 3:2 ਹੈ ਇੱਥੇ ਜੋੜ ਕਿੰਨਾ ਹੋਊਗਾ 3 ਤੇ 2 5 ਉਹ ਕਹਿੰਦਾ 5 ਨਹੀਂ ਹੈ ਉਹ ਕਹਿੰਦਾ ਜੋੜ ਕਿੰਨਾ ਹੈ 90 ਹੈ ਬੱਚੇ ਉਹ 5 ਨੂੰ 90 ਕਹਿ ਰਿਹਾ ਹੈ ਤਾਂ 5 ਤੋਂ 99 ਦੇ ਵਿੱਚ ਪਾਏ ਦਾ ਭਾਗ ਕਰਾਂਗੇ 18 ਆ ਜੂਗਾ ਮਤਲਬ 18 ਗੁਣਾ ਤਾਂ ਬੱਚੇ ਆ ਵੀ ਨੰਬਰ ਕਿ ਹੋ ਜੂਗਾ 18 ਗੁਣਾ ਹੋ ਜੂਗਾ 18 ਦੁਨਾ ਕਿ ਹੋ ਗਿਆ 36 ਆ ਵੀ ਨੰਬਰ 18 ਗੁਣਾ ਹੋ ਜਾਏਗਾ ਬੱਚੇ 18 ਕਿੰ 18 3 ਕਿੰਨਾ ਹੋ ਜੂਗਾ 54 ਹੋ ਜੂਗਾ 54 36 ਤੇ ਟੋਟਲ ਕਿੰਨਾ ਆ ਗਿਆ 90 ਆ ਗਿਆ ਆ ਗਿਆ ਨਾ ਤੇ ਕਹਿੰਦਾ ਕਿ ਇਹ 7 7 x y x y ਬੋਲੇ ਤਾਂ x 54 ਹੈ y ਕਿੰਨਾ ਹੈ 36 ਹੈ ਤਾਂ x y ਮਤਲਬ 54 36 ரேਸ਼ੋ x y ਹੁਣ x y ਦਾ ਜੋੜ ਤਾਂ ਦੇ ਹੀ ਰੱਖਿਆ ਮੈਨੂੰ ਕਰਨ ਦੀ ਲੋੜ ਹੀ ਨਹੀਂ ਮੈਂ 90 ਡਾਇਰੈਕਟ ਲਖ ਲਊਗਾ ਲੋ ਜੀ ਤਾਂ ਬੱਚੇ 54 ਜੋ 36 ਮਾਈਨਸ ਕਰਾਂਗੇ ਕਿੰਨਾ ਆ ਜਾਏਗਾ 18 ਆ ਜਾਊਗਾ 18 7 ਰੇਸ਼ੋ ਕਿੰਨਾ ਹੈ 90 18 7 ਰੇਸ਼ੋ ਕਿੰਨਾ ਹੈ 90 ਹੈ ਦੇਖੋ ਚਾਹੇ ਤੁਸੀਂ ਮਲਟੀਪਲ ਕਈ ਬੱਚੇ ਕੀ ਕਰਨਗੇ ਸਰ 18 7 126 ਲਿਖ ਲਓ ਕਿਉਂ ਲਿਖ ਲਓ 126 ਬੱਚੇ ਪਹਿਲੇ ਕਿ ਮੈਨੂੰ ਇੱਕ ਰੀਜ਼ਨ ਦੱਸੋ ਤੁਸੀਂ ਇੱਕ ਸਿੰਪਲ ਜਿਹਾ ਕੰਮ ਦੇਖੋ ਕਿ ਜੇ ਮੈਂ ਮਲਟੀਪਲ ਕਰਾਵਾਂਗਾ ਫਿਰ ਮੈਨੂੰ ਕੱਟਣਾ ਪਊਗਾ ਤਾਂ ਮੈਂ 57 ਜੋ 36 ਮਾਈਨਸ ਕੀਤਾ 18 18 5 90 ਹੁੰਦੇ ਲੋਥੀ ਕੱਟ ਗਿਆ ਤਾਂ ਮਤਲਬ 7 5 ਮਤਲਬ ਹੈ ਸਵਾਲ ਦਾ ਆਨਸਰ 7 ਰੇਸ਼ੋ 5 ਆ ਜਾਊਗਾ ਤਾਂ ਧਿਆਨ ਰੱਖਣਾ ਬੱਚੇ ਆ ਗੱਲਾਂ ਦਾ ਕਿ ਆਪਾਂ ਦੇਖੋ ਜਦੋਂ ਵੀ ਕੈਲਕੂਲੇਸ਼ਨ ਹੋਵੇ ਦੋ ਸਾਈਡ ਤੇ ਹੋਵੇ ਤਾਂ ਉਹਨੂੰ ਹਮੇਸ਼ਾ ਮਲਟੀਪਲਾਈ ਨਹੀਂ ਕਰਾਈਦਾ ਹੁੰਦਾਗਾ ਆਪਾਂ ਇਹ ਦੇਖਦੇ ਹਾਂ ਕਿ ਬੱਚੇ ਕਰਾਉਂਦੇ ਹੈਗੇ ਕਿ ਹਾਂ ਮਲਟੀਪਲਾਈ ਕਰਾ ਕੇ ਲਿਖ ਲਿਆ ਉਸ ਤੋਂ ਬਾਅਦ ਰੇਸ਼ੋ ਕੱਟ ਰਿਹਾ ਤਾਂ ਕਦੇ ਵੀ ਇਹ ਗੱਲ ਧਿਆਨ ਚ ਰੱਖਣੀ ਹੈ ਕਿ ਆਪਾਂ ਜਦੋਂ ਵੀ ਰੇਸ਼ੋ ਦੇਖ ਰਹੇ ਹਾਂ ਬੱਚੇ ਤਾਂ ਆਪਾਂ ਦੋਨੋਂ ਸਾਈਡ ਤੇ ਕੱਟ ਕੇ ਛੋਟਾ ਕਰ ਲਾਂਗੇ ਤਾਂ ਮੇਰਾ ਜਵਾਬ ਜੁਆਇੰਟ ਸਵਰ ਆ ਜਾਏਗਾ ਬੱਚਿਓ ਕਿੰਨਾ ਆ ਜਾਏਗਾ 7:5 ਪਹਿਲੇ ਸਵਾਲ ਦਾ ਅਨਸਰ ਆ ਜਾਊਗਾ ਇੱਕ ਵਾਰੀ ਸਾਰੇ ਬੱਚੇ ਮੈਨੂੰ ਹੈਂਡ ਰੇਸ ਕਰ ਦੋਗੇ ਕਿ ਸਰ ਇੰਨੀ ਗੱਲ ਕਲੀਅਰ ਹੈ ਨਹੀਂ ਗਾ ਓਕੇ ਸਾਰੇ ਬੱਚੇ ਇੱਕ ਵਾਰੀ ਹੈਂਡ ਰੇਸ ਕਰ ਦੋ ਸਰ ਓਕੇ ਰਿਪੋਰਟ ਹੈ ਅੱਗੇ ਚੱਲੀਏ ਇੱਕ ਵਾਰੀ ਹੈਂਡ ਰੇਸ ਕਰ ਦੋਗੇ ਸਾਰੇ ਸਾਰੇ ਬੱਚੇ ਸ਼ਾਬਾ ਇਕ ਆਦਮੀ ਆਪਣੀ ਹਰ ਮਹੀਨੇ ਆਪਣੀ ਆਮਦਨ ਦਾ ਇੱਕ ਨਿਸ਼ਚਿਤ ਹਿੱਸਾ ਬਚਾਉਂਦਾ ਹੈ ਤਾਂ ਜੋ ਉਹ ਇੱਕ ਸਾਲ ਦੇ ਵਿੱਚ ਇੱਕ ਕਾਰ ਖਰੀਦ ਸਕੇ ਉਸ ਨੂੰ ਆਪਣੀ ਬਚਤ ਨੂੰ ਕਿੰਨੇ ਪਰਸੈਂਟ ਵਾਧਾ ਕਰਨਾ ਚਾਹੀਦਾ ਹੈ ਕਿ ਉਹ ਹੀ ਕਾਰ ਉਹ 9 ਮਹੀਨਿਆਂ ਦੇ ਵਿੱਚ ਖਰੀਦ ਸਕੇ ਦੇਖੋ ਇੱਕ ਆਦਮੀ ਤੁਸੀਂ ਮੰਨ ਲਓ ਤੁਸੀਂ ਆਪ ਦੇ ਆਪ ਤੇ ਲੈ ਲਓ ਤੁਸੀਂ ਇੰਨਾ ਪੈਸਾ ਕਮਾ ਰਹੇ ਹੋ ਕਿ ਤੁਸੀਂ ਇੱਕ ਸਾਲ ਦੇ ਵਿੱਚ ਇੱਕ ਕਾਰ ਖਰੀਦ ਸਕਦੇ ਹੋ ਉਸ ਨੂੰ ਆਪਣੀ ਬਚਤ ਵਿੱਚ ਕਿੰਨੇ ਪਰਸੈਂਟ ਵਾਦਾ ਮਤਲਬ ਜੇ ਨਾ ਤੁਸੀਂ ਪਹਿਲੇ ਬਚਤ ਕਰ ਰਹੇ ਹੋ ਪਹਿਲੇ ਜਿਆਦਾ ਖਰਚਾ ਕਰ ਰਹੇ ਹੋ ਥੋੜੀ ਬਚਤ ਕਰ ਰਹੇ ਹੋ ਹੁਣ ਕਹਿੰਦੇ ਕਿ ਬਚਤ ਦੇ ਵਿੱਚ ਕਿੰਨਾ ਵਾਦਾ ਕਰਨਾ ਚਾਹੀਦਾ ਹੈ ਕਿ ਉਹੀ ਕਾਰੋ 9 ਮਹੀਨਿਆਂ ਦੇ ਵਿੱਚ ਖਰੀਦੀ ਜਾ ਸਕੇ ਬੱਚੇ ਉਹੀ ਕਾਰੋ 9 ਮਹੀਨਿਆਂ ਦੇ ਵਿੱਚ ਖਰੀਦੀ ਜਾ ਸਕੇ ਦੇਖੋ ਉਹ 12 ਮਹੀਨਿਆਂ ਦੇ ਵਿੱਚ ਖਰੀਦ ਰਿਆ ਸੀ ਹੁਣ ਉਹ ਕਹਿੰਦਾ ਕਿ ਮੈਂ 9 ਮਹੀਨਿਆਂ ਚ ਖਰੀਦਣਾ ਚਾਹ ਰਿਹਾ ਇੱਕ ਸਾਲ ਦੇ ਵਿੱਚ ਮਤਲਬ 12 ਮਹੀਨਿਆਂ ਚ ਖਰੀਦ ਰਿਆ ਸੀ ਹੁਣ ਉਹ ਚਾਹੁੰਦਾ ਹੈ ਕਿ ਬੱਚੇ ਮੈਂ 9 ਮਹੀਨੇ ਚ ਖਰੀਦ ਲਾਂ ਤਾਂ ਦੇਖੋ ਸਿੰਪਲ ਦੀ ਗੱਲ ਹੈ 3 ਮਹੀਨਿਆਂ ਦਾ ਫਰਕ ਪਾਣਾ ਜਾ ਰ ਤੇ ਉਹ ਚਾਹੁੰਦਾ ਕੀ ਹੈ ਕਿ ਕਿੰਨੇ ਮਹੀਨੇ ਖਰੀਦਣਾ ਚਾਹੁੰਦਾ ਉਹ ਥੱਲੇ ਆਉਂਦਾ ਤੇ ਉਹ 3 ਮਹੀਨੇ ਪਹਿਲਾਂ ਖਰੀਦਣਾ ਚਾਹ ਰਿਹਾ ਤੇ ਉਹ ਚਾਹੁੰਦੇ ਕਿ 9 ਮਹੀਨੇ ਖਰੀਦੀ ਜਾ ਸਕੇ ਤਾਂ 3/9 100 ਕਰ ਦੋ ਬੱਚੇ 3/9 100 ਕਰੋਗੇ 33 ਨੂੰ 100 ਦੇ ਵਿੱਚ 3 ਦਾ ਭਾਗ ਕਰਾਂਗੇ ਕਿੰਨਾ ਆ ਜਾਏਗਾ ਬੱਚੇ 33.33% will be the right answer ਬੱਚੇ 33.33% ਮਤਲਬ B ਆਪਸ਼ਨ ਹੈ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਬਿਲਕੁਲ ਸਹੀ ਆਪਸ਼ਨ B ਆਪਸ਼ਨ ਬੱਚੇ ਇਸ ਸਵਾਲ ਦਾ ਕੀ ਹੋ ਜਾਊਗਾ ਸਹੀ ਜਵਾਬ ਹੋ ਜਾਵੇਗਾ ਇਨੀ ਗੱਲ ਕਲੀਅਰ ਹੈ ਪਹਿਲੇ ਮੈਨੇ ਦੱਸ ਦੋ ਸ਼ਾਬਾਸ਼ ਇੱਕ ਵਾਰ ਥੰਬਸ ਅਪ ਕਰ ਦੋਗੇ ਜਦੋਂ ਵੀ ਇਸ ਤਰੀਕੇ ਦਾ ਸਵਾਲ ਆਵੇ ਬਸ ਇਹ ਦੇਖ ਲਓ ਕਿ ਕਿੰਨੇ ਮਹੀਨੇ ਪਹਿਲੇ ਖਰੀਦਣਾ ਚਾਹ ਰਿਹਾ ਹੈ ਤੇ ਟੋਟਲ ਕਿੰਨੇ ਮਹੀਨਿਆਂ ਚ ਖਰੀਦਣਾ ਚਾਹ ਰਿਹਾ ਨੋਜ ਖਰੀਦਣਾ ਚਾਹ ਰਿਹਾ ਇੰਟੂ ਚ 16 ਆਦਾਂਗੇ ਦੈਟ ਵਿਲ ਬੀ ਦਾ ਅਨਸਰ ਅਗਲੇ ਤੇ ਆ ਜਾਨੇ ਬੱਚੇ ਵੈਰੀ ਗੁੱਡ ਕੁਐਸਚਨ ਦੇਖੋ ਹੁਣ ਜੇ ਬੱਚੇ ਆਪਾਂ ਇਹ ਸਵਾਲ ਨੂੰ ਦੇਖੀਏ ਤਾਂ ਇਹਦੇ ਵਿੱਚ ਦੇਖੋ ਆਪਸ਼ਨ 22 30 14 36 ਪਹਿਲੇ ਆਪਾਂ ਇਹ ਚੀਜ਼ ਦੇਖਦੇ ਕਿ ਨੇੜੇ ਨੇੜੇ ਹੀ ਹੈ ਹੁਣ ਪਹਿਲੇ ਆਪਾਂ ਇਹਨੂੰ ਸਿੰਪਲ ਕਰ ਲਈਏ ਪਹਿਲੇ ਤਾਂ ਆਪਾਂ ਇਹ ਜੋੜ ਕਰ ਲੈਨੇ ਕਿੰਨਾ ਆਦੇ ਦੇਖੋ 8 ਤੇ 6 14 14 ਤੇ 2 16 16 ਤੇ 4 20 20 ਦਾ ਮਤਲਬ 0 ਹਸਲ ਆ ਗਈ 2 2 1 10 3 5 8 8 ਤੇ 3 11 11 5 16 11 5 16 ਦਾ ਮਤਲਬ 6 ਹਸਲ ਆ ਗਈ 1 8 1 9 9 5 14 4 18 ਤੇ 7 ਕਿੰਨਾ ਆ ਗਿਆ 25 2560 ਉੱਪਰ ਆ ਗਿਆ ਥੱਲੇ ਦੇਖੋ ਪਤਾ ਕੀ ਆ 21 33 ਤੇ 40 ਠੀਕ ਆ ਆ ਸਾਰੇ ਪਲੱਸ ਦੇ ਹੈ 21 ਤੇ 33 ਤੇ 40 40 ਤੇ 21 61 इका से देती चौरानवे चौरानवे माइनस क्वेश्चन मार्क इज इक्वल टू थर्टी टू हूँ आ जो सवाल है बच्चे आ सवाल जो सारा क्वेश्चन है ये बहुत ही सिंपल वे दे चुका है आप वाला टोटल किता पच्ची सौ सठ आ गया थले चौरानवे माइनस क्वेश्चन मार्क इज इक्वल टू कि आ रहा थर्ट आ रहा बत्ती आ रहा हूँ बच्चे जे मैं, वाली बनाना जे मैं आ वाली कैलकुलेशन बनाना चाह रहा हाँ जे मैं आ वाली कैलकुलेशन बनाना चाह रहा हूँ बचे तो कैलकुलेन देखो किस तरीके बनाया जाऊगा ਤੁਸੀਂ ਕਹਦੋਂਗੇ ਕਿ ਸਰ ਆਹ ਵਾਲਾ ਨੰਬਰ ਜੋ ਹੈ ਉਹ 32 ਦੇ ਘਟ ਰਿਹਾ ਦੇਖੋ 32 ਦੁਨਾ 64 ਬਿਲਕੁਲ ਘਟ ਰਿਹਾ ਬੱਚੇ 32 ਦੁਨਾ 64 ਬਿਲਕੁਲ ਘਟ ਰਿਹਾ ਹੁਣ ਮੈਂ ਇਹ ਦੇਖਾਂ ਕਿ 32 ਗੁਣਾ 8 ਹੁੰਦੇ ਵਿੱਚ 256 ਇੱਕ 0 ਮਤਲਬ 80 ਹੁਣ ਉੱਪਰ 80 ਇਹ ਵਿੱਚ ਥੱਲੇ ਕੀ ਹੈ 94 ਮਾਈਨਸ ਕੁਐਸਚਨ ਮਾਰਕ ਹੈ 94 ਮਾਈਨਸ ਕੁਐਸਚਨ ਮਾਰਕ ਹੈ ਹੁਣ ਜੇ ਉੱਪਰ 80 ਹੈ ਤਾਂ ਥੱਲੇ ਵੀ 80 ਹੋਊਗਾ ਜੋ ਉੱਪਰ 80 ਹੈ ਤਾਂ ਬੱਚੇ ਥੱਲੇ ਵੀ 80 ਹੋਊਗਾ ਤਾਂ ਮੈਂ ਕਹਦਾਂਗਾ ਕਿ 94 ਚ ਕਿੰਨੇ ਘਟਾਈਏ ਕਿ 80 ਹੋ ਜਾ ਤੁਸੀਂ ਕਹਦੇਗਾ ਸਰ 94 ਦੇ ਵਿੱਚੋਂ 14 ਘਟਾ ਕੇ 80 ਹੁੰਦੇ ਹੈ ਤਾਂ ਬੱਚੇ ਇਸ ਸਵਾਲ ਦੇ ਵਿੱਚ ਕੁਐਸਚਨ ਮਾਰਕ ਦੀ ਵੈਲਿਊ ਕਿੰਨੀ ਆ ਜਾਏਗੀ 14 ਆ ਜਾਏਗੀ 80 ਵਟਾ 80 ਕਰਨਾ ਚਾਹੀਦਾ ਜੋ 94 ਚੋਂ ਕਿੰਨਾ ਘਟਾਈਏ ਤੁਸੀਂ ਕਹਦੇ ਹੋਗੇ ਸਰ 94 ਚੋਂ 14 ਮਤਲਬ 14 ਉਡਾ ਦਾਂਗੇ ਆਪਾਂ ਇਹ ਮਾਈਨਸ ਕਰ ਦਾਂਗੇ ਤਾਂ ਆਪਣਾ ਜੋ ਆਨਸਰ ਆ ਜਾਏਗਾ ਬੱਚਿਓ ਕਿੰਨਾ ਆ ਜਾਏਗਾ 32 ਹੀ ਆਏਗਾ ਤਾਂ ਐਸ ਕਰਕੇ ਜੋ ਕੁਐਸਚਨ ਮਾਰਕ ਦੀ ਵੈਲਿਊ ਹੈ ਉਹ ਹੈ 14 ਜੋ ਕਿ ਸੀ ਆਪਸ਼ਨ ਹੈ ਸਵਾਲ ਦਾ ਬਿਲਕੁਲ ਬੱਚੇ ਸਹੀ ਆਨਸਰ ਹੋ ਜਾਂਦਾ ਹੈ ਇੱਕ ਵਾਰ थम्स अप ਕਰ ਦਿਓ ਸਾਰੇ ਬੱਚੇ ਯਾਰ ਇਕ ਵਾਰੀ ਸਾਰੇ ਵਜੋਂ ਥੰਮਸਪ ਕਰ ਦੂੰਗਾ ਕਿ ਸਰਨਿੰਗ ਦਾ ਲੋਕ ਕੇ ਹੈ ਕਲੀਅਰ ਆਪ ਅੱਗੇ ਚੱਲਾਂਗੇ 14 will be the right answer ਅਗਲੇ ਕੁਐਸ਼ਨ ਤੇ ਚੱਲਦੇ ਆ ਅਗਲਾ ਕੁਐਸ਼ਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਅਗੇਨ ਇੱਕ ਸਿੰਪਲੀਫਿਕੇਸ਼ਨ ਦਾ ਬੱਚੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਜ਼ਬਰਦਸਤ ਕੁਐਸ਼ਨ ਹੈ ਠੀਕ ਹੈ ਨਾ 1560 ਭਾਗ 40 ਤੇ 4/7 ਔਫ 5/8 ਔਫ 5 56 24 ਕੁਐਸ਼ਨ ਮਾਰਕ ਹੁਣ ਜੇ ਮੈਂ ਦੇਖੋ ਪਹਿਲਾ ਕੰਮ ਕੀ ਹੁੰਦਾ ਬੱਚੇ ਆਪਣੇ ਕੁਐਸ਼ਨ ਨੂੰ ਸਿੰਪਲ ਕਰਕੇ ਲਿਖ ਲੈਣਾ ਹੈ ਦੇਖੋ 1560 ਦੇ ਵਿੱਚ 40 ਦਾ ਭਾਗ ਕਰਾ ਲਓ ਸਦਾ ਚਾਹੇ 0 ਨਾਲ 0 ਕੱਟੀ ਜਾਏਗੀ 4 3 12 9 4 36 39 ਆ ਜਾਏਗਾ ਦੇਖੋ 4 3 12 4 3 12 3 ਬੱਜ ਜਾਏਗਾ 6 9 4 36 39 ਆ ਜਾਏਗਾ 39 ਬਚੇ 4 7 ਓਫ ਦਾ ਮਤਲਬ ਹੁੰਦਾ ਹੈ ਮਲਟੀਪਲਾਈ ਹੀ ਹੁੰਦਾ ਹੈ 5 8 56 ਠੀਕ ਹੈ 24 ਕੁਐਸਚਨ ਮਾਰਕ ਕੁਐਸਚਨ ਮਾਰਕ ਨੂੰ ਚਾਹੇ n ਲਿਖ ਲਓ ਉਹੀ ਆਪਾਂ ਵੈਲਿਊ ਕਰਨੀ ਹੈ ਬੱਚੇ ਹੁਣ ਦੇਖੋ 8 ਨੂੰ 5 ਦੇ ਗੱਟਾਂ ਦਾ 7 ਆ ਜਾਏਗਾ ਤੇ 7 ਨਾਲ 7 ਘਟਿਆ ਗਿਆ। ਠੀਕ ਹੈ। 4 5 ਹੋ ਗਿਆ 20. 39 39 ਅਦਰ ਪਿਆ ਹੈ 4 5 ਕਿੰਨਾ ਹੋ ਗਿਆ ਬੱਚੇ 20 ਹੋ ਗਿਆ ਤੇ 39 ਤੇ 20 ਕਿੰਨਾ ਹੋ ਜੂਗਾ ਬੱਚੇ 39 ਤੇ 20 ਹੋ ਜੂਗਾ 59। ਬਰਾਬਰ ਦੇ ਵਿੱਚ ਕੀ ਹੈ ਬੱਚੇ 24 n ਬਰਾਬਰ ਦੇ ਵਿੱਚ ਕੀ ਹੈ 24 n ਹੈ। ਤਾਂ 59 ਆ ਵਾਲਾ ਹੈ ਤਾਂ ਬੱਚੇ ਆਧਰਾ ਕੇ -12 ਹੋ ਜੂਗਾ ਤਾਂ n 59 ਅਦਰ ਅਗੇ ਮਹੀਨਸ ਦਾ ਹੋ ਗਿਆ 24 ਤਾਂ ਮੈਂ ਜੇ ਬੱਚੇ ਅਨਸਰ ਕੱਢਾਂਗਾ ਤਾਂ ਮੇਰਾ ਜੋ ਅਨਸਰ ਆਜੇਗਾ ਕਿੰਨਾ ਆਜੇਗਾ 35 35 ਬੱਚੇ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋ ਜੂਗਾ 35 ਬੱਚੇ ਇਸ ਸਵਾਲ ਦਾ ਸਹੀ ਜਵਾਬ ਹੋ ਜੂਗਾ 9 ਤੋਂ 4 ਕੱਢੋਗੇ ਲਾਸਟ ਵਿੱਚ 5 ਆ ਜਾਏਗਾ ਤਾਂ ਡਾਇਰੈਕਟ ਆ ਵੀ ਲਾ ਸਕਦੇ ਹੁਣ ਅਨਸਰ ਕਿਨਾ ਹੋਏਗਾ ਬੱਚੇ ਅਨਸਰ ਹੋਏਗਾ 35 35 ਹੀ ਬੱਚੇ ਆ ਸਵਾਲ ਦਾ ਜੋ ਹੈ ਉਹ ਸਹੀ ਜਵਾਬ ਹੋ ਜਾਂਦਾ ਹੈ ਇੱਕ ਵਾਰੀ ਸਾਰੇ ਬੱਚੇ ਮੈਨੂੰ ਥੰਬਸ ਅਪ ਕਰ ਦੋਗੇ ਕਿ ਸਾਰੇ ਨਹੀਂ ਗਾ ਲੋਕ ਕੇ ਹੈ ਨਹੀਂ ਗਾ ਕਲੀਅਰ ਆਪਾਂ ਅਗਲੇ ਕੁਐਸਚਨ ਤੇ ਚੱਲਾਂਗੇ ਇੱਕ ਵਾਰੀ ਸਾਰੇ ਬੱਚੇ ਦੱਸ ਦੋਗੇ ਕਿ ਸਾਰੇ ਨਹੀਂ ਗਾ ਲੋਕ ਕੇ ਹੈ ਕਲੀਅਰ ਆਪਾਂ ਅੱਗੇ ਚਲੀ ਬੱਚੇ ਸ਼ਾਬਾਸ਼ ਚੱਲੀਏਗੇ ਅਗਲੇ ਤੇ ਆਜੋ ਸ਼ਾਬਾਸ਼ ਇੱਕ ਵਾਰੀ ਸਾਰੇ ਬੱਚੇ ਪਹਿਲੇ ਕਲਾਸ ਨੂੰ ਯਾਰ ਲਾਈਕ ਵਾਲਾ ਬਟਨ ਦਬ ਦੋਗੇ ਜਿੰਨੇ ਵੀ ਬੱਚੇ ਬੈਠੇ ਹੋ ਗਿਓ ਲਾਈਕ ਲਾਈਵ ਤੇ ਲਾਈਕ ਯਾਰ ਬਰਾਬਰ ਕਰ ਦੋਗੇ ਸ਼ਾਬਾਸ਼ ਆਜੋ ਦੇਖੋ 3 ਦੀ ਪਾਵਰ x y 27 3 ਦੀ ਪਾਵਰ x y 243 ਕਿਹਨਾ ਆਏਗਾ ਬੱਚੇ ਅਨਸਰ ਕਿਹਨਾ ਆਏਗਾ ਸ਼ਾਬਾਸ਼ ਦੱਸੋਗੇ ਤੇ ਵਾਲਾ ਕਿਤਾਬ ਇਹ ਵਾਲਾ ਜੋ ਕੁਐਸਚਨ ਹੈ ਬੱਚੇ ਆਪਣੀ ਕਿਤਾਬ ਦੇ ਵਿੱਚ ਤੁਹਾਨੂੰ ਦੇਖੋ ਨੂੰ ਮਿਲ ਜਾਂਦੇ ਕੀ ਹੋਰ ਦੱਸ ਦੇਣਾ ਵਿੱਚ ਕਿਤਾਬਾਂ ਤੇ ਵੀ ਆਫਰ ਜੋ ਤੁਹਾਹਾਂ ਚੱਲਿਆ ਹੋਇਆ ਹੈ ਠੀਕ ਹੈ ਉਹਦੇ ਵਾਸਤੇ ਵੀ ਸੇਮ ਹੀ ਡਿਸਕਾਊਂਟ ਕੋਡ ਹੈ Y752 ਸਾਰੀਆਂ ਕਿਤਾਬਾਂ ਜੋ 7 ਵਾਲਾ ਕੰਬੋ ਹੈ ਉਹ 1799 ਦੀ ਥਾਂ ਤੇ ਤੁਹਾਨੂੰ 1399 ਦਾ ਮਿਲ ਰਿਹਾ ਹੈ ਦੀਵਾਲੀ ਟਾਈਮ ਹੈ ਤਾਂ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਕਿਤਾਬਾਂ ਵਾਸਤੇ ਵੀ ਕੱਲਾ ਬੱਚੇ ਸੇਮ ਹੀ ਕੋਡ ਹੈ ਐਸ ਲਾਨ ਵਾਲਾ ਕੋਈ ਚੱਕਰ ਨਹੀਂ ਹੈ Y752 ਲਾ ਕੇ ਤੁਸੀਂ ਕਿਤਾਬਾਂ ਨੂੰ ਵੀ ਆਰਡਰ ਕਰ ਸਕਦੇ ਹੋ ਬੈਸਟ ਹੈ ਹਰੇਕ ਪੰਜਾਬ ਦੇ ਇਗਜ਼ਾਮ ਦੇ ਲਈ ਠੀਕ ਹੈ ਬੱਚੇ ਚਲੋ 3 ਦੀ ਪਾਵਰ x y 27 ਤੇ 3 ਦੀ ਪਾਵਰ x y 243 ਹੁਣ ਬੱਚੇ ਜਿਵੇਂ ਆ ਵਾਲਾ ਕੁਸ਼ਚਨ ਦੋਨੋਂ ਸਾਈਡ ਬਣਾਉਣ ਦੀ ਦੇਖਦਾ ਹਾਂ ਤਾਂ ਪਹਿਲੀ ਗੱਲ ਤਾਂ ਬੱਚੇ ਕੀ ਹੈ ਕਿ 3 ਦੀ ਪਾਵਰ x y 27 27 ਕੀ ਹੁੰਦਾ ਹੈ 27 ਹੁੰਦਾ ਹੈ 3 3 3 27 ਮਤਲਬ 3 ਦਾ ਕਯੂ ਆ ਜੋ 27 ਹੁੰਦਾ ਉਹ ਹੁੰਦਾ 3 ਦਾ ਕਯੂ ਠੀਕ ਹੈ 3 ਦੀ ਪਾਵਰ x y x y बोले तो 243 ਹੁਣ 243 ਦੇਖੋ 33 ਆ 9 9 30 27 27 3 81 81 3 243 3 ਦੀ ਪਾਵਰ 5 ਹੁੰਦਾ ਹੈ ਇਹ ਕੀ ਹੁੰਦਾ 3 ਦੀ ਪਾਵਰ 5 ਹੁੰਦਾ ਬੱਚੇ ਹੁਣ ਜੇ ਆ 3 ਦੀ ਪਾਵਰ 5 ਹੈਗਾ ਆ ਜਿਹੜਾ ਹੈ 3 ਦੀ ਪਾਵਰ 5 ਹੈ ਤੇ ਇੱਕ ਗੱਲ ਦੇਖੋ ਨੋਟ ਕਰੋ ਆ ਵੀ 3 सेम ਹੈ ਆ ਵੀ 3 सेम ਹੈ ਮਤਲਬ x y ਦੀ ਵੈਲਿਊ ਕਿੰਨੀ ਹੈ ਬੱਚੇ x y ਦੀ ਵੈਲਿਊ ਹੈ 3 x y ਦੀ ਵੈਲਿਊ ਕਿੰਨੀ ਹੈ 3 ਹੈ एक्स प्लस वाई की वैल्यू कि बच्चे एक्स प्लस वाई की वैल्यू तुम्हें कह दोगे सर एक्स प्लस वाई की वैल्यू कि एक्स प्लस वाई की वैल्यू देखो माइनस वाई की वैल्यू तीन है एक्स प्लस वाई की वैल्यू पांच है हम बच्चे उन्हें पूछा कि है कि एक्स की वैल्यू कि होगी देखो सिंपल की गल है माइनस वाई प्लस वाई कटाया गया तो दो एक्स 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 दो एक्स होगी गए तीन तो ते पिना हो गया अठ हो गया तो दो अठते कटा तो कि आ जाएगा चार आ जाएगा मतलब बच्चे जो एक्स की वैल्यू है वो कि चार हो जाएगी क्योंकि पूछा ही की है कि एक्स एक्स इज इक्वल टू ਤਾਂ ਅਨਸਰ ਕਿੰਨਾ ਆ ਜਾਏਗਾ ਬੱਚੇ 4 4 ਹੈ ਸਵਾਲ ਦਾ ਸਹੀ ਸਹੀ ਜਵਾਬ ਹੋ ਜਾਂਦਾ ਹੈ ਕਿ ਇਹ ਨਹੀਂ ਗੱਲ ਕਲੀਅਰ ਹੈ ਬੱਚੇ ਓਕੇ ਇੱਕ ਵਾਰ ਥੰਬਸ ਅਪ ਕਰ ਦੋਗੇ ਸਾਰੇ ਬੱਚੇ ਕਿ ਇਹ ਨਹੀਂ ਗੱਲ ਕਲੀਅਰ ਹੈ ਬੱਚੇ ਓਕੇ ਇੱਕ ਵਾਰ ਥੰਬਸ ਅਪ ਕਰ ਦੋਗੇ ਕਿ ਸਰ ਓਕੇ ਰਿਪੋਰਟ ਹੈ ਆਪਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ ਅਗਲਾ ਕੁਐਸਚਨ ਥੋੜੀ ਸਕਰੀਨ ਦੇ ਉੱਤੇ ਕਰ ਦਿੱਤਾ ਗਿਆ ਹੈ ਬੱਚੇ ਇੱਥੇ ਦੇਖੋ √x 120 23481 22761 ਹੁਣ ਪਹਿਲੇ ਤਾਂ ਮਾਈਨਸ ਕਰਨਾ ਪਏਗਾ ਇਹ ਤਾਂ ਸਿੰਪਲ ਜੀ ਗੱਲ ਹੈ ਹੁਣ ਜੇ 23481 ਚੋਂ 23481 ਚੋੜਾ ਜੇ ਜਿਵੇਂ 22761 ਮਾਈਨਸ ਕਰਦਾ ਇਹ ਮਾਈਨਸ ਕਰਨ 1 ਚ ਗਿਆ 0 8 ਚ 6 ਗਏ 2 14 ਚ 7 ਗਏ 7 2 ਚ 0 ਗਏ 0 ਤਾਂ ਇਹ ਆ ਜਾਏਗਾ 720 ਇਹ ਕਿੰਨਾ ਆ ਜਾਏਗਾ ਰਾਜਾ ਇਹ ਆ ਜਾਏਗਾ 720 ਆ ਜਾਏਗਾ ਅਜਿਹਾ ਹੈ ਨਾ ਤਾਂ ਐਡੀ ਤਾਂ ਤੇ ਮੈਂ 720 ਲਿਖ ਸਕਦਾ ਤੁਸੀਂ ਕਹੋਗੇ ਸਰ ਬਿਲਕੁਲ ਲਿਖ ਸਕਦੇ 720 11 ਹੋ ਗਿਆ ਤੇ ਬੱਚੇ ਆ ਅੰਡਰ ਰੂਟ ਦੇ ਵਿੱਚ x ਹੈ ਦੇ ਵਿੱਚ ਕਿੰਨਾ ਹੈ 120 ਹੈ ਦੇ ਵਿੱਚ ਕਿੰਨਾ ਹੈ 120 ਹੈ ਤਾਂ ਅੰਡਰ ਰੂਟ x 120 720 11 ਇਹ ਆਪਣੇ ਕੋਲ ਇਕਵੇਸ਼ਨ ਬੱਚੇ ਆ ਜਾਂਦੀ ਇੱਥੇ ਹੁਣ ਦੇਖੋ ਜ਼ੀਰੋ ਨਾਲ ਜ਼ੀਰੋ ਕੱਟ ਦੋਗੇ 12 6 ਹੋ ਗਿਆ 72 ਤੇ 11 6 11 ਕਿੰਨਾ ਹੋ ਗਿਆ 66 ਹੋ ਗਿਆ ਤਾਂ ਅੰਡਰ ਰੂਟ x ਵਿੱਚ 66 ਮਤਲਬ 66 ਆ ਗਿਆ ਆਜੇਗਾ ਹੁਣ ਜੇ ਬੱਚੇ ਅਦਰੂ ਐਂਡਰੂਟ ਹਟਾਉਂਗਾ ਅਦਰੂ ਐਂਡਰੂਟ ਹਟਾਉਂਗਾ ਤਾਂ ਤੁਹਾਨੂੰ ਪਤਾ ਹੈ ਕਿ ਉਧਰ ਕੀ ਹੋ ਜਾਊਗਾ ਸਕੁਅਰ ਹੋ ਜਾਊਗਾ ਤਾਂ ਸਿਰਫ ਤਾਂ ਸਿਰਫ ਆਪਾਂ ਨੂੰ 66 ਦਾ ਸਕੁਅਰ ਹੀ ਪਤਾ ਕਰਨਾ ਬੱਚੇ ਕਿ 68 ਦਾ ਸਕੁਅਰ ਕਿੰਨਾ ਹੁੰਦਾ ਹੈ ਹੁਣ ਜੇ ਤੁਹਾਨੂੰ 68 ਦਾ ਸਕੁਅਰ ਨਹੀਂ ਪਤਾ ਤਾਂ ਮੈਂ ਤੁਹਾਨੂੰ ਸਕੁਅਰ ਕਰਨ ਦੀ ਟੈਕਨੀਕ ਦੱਸੀ ਹੋਈ ਆ ਜਾਓ ਫਿਰ ਦੱਸਦੇ ਆ ਦੋਨੋਂ ਜਗ੍ਹਾ ਤੇ 6 ਹੈ ਤਾਂ 6 ਦਾ ਸਕੁਅਰ ਕਰਾਂਗੇ ਕਿੰਨਾ ਆ ਜਾਏਗਾ 36 ਆ ਜਾਏਗਾ ਪਹਿਲੇ ਨੰਬਰ ਦਾ ਦੂਜੇ ਨੰਬਰ ਵੀ 6 ਹੀ ਹੈ ਤਾਂ 6 ਦਾ ਸਕੁਅਰ ਕਰਾਂਗੇ ਤਾਂ ਵੀ ਕੀ ਆ ਜਾਊਗਾ 36 ਆ ਜਾਊਗਾ ਆ ਜਾਏਗਾ ਨਾ 6 10 ਕਿਰ ਕਿਤਾ 36 ਆ ਗਿਆ 6 10 ਕਿਰ ਕਿਤਾ 36 ਆ ਗਿਆ 6 6 36 36 2 ਕਿੰਨਾ ਆ ਗਿਆ 72 ਆ ਗਿਆ 72 ਆ ਗਿਆ आ ना हूँ बच्चे मैं इतने आ देखता हाँ कि आ वाला छः इतने है आह वाला तीन अगर आ जाएगा बहत्तर तो तीन कि आ गया पचहत्तर आ गया पचहत्ता का कि आ गया पांच आ गया सत्त अगे चला जाएगा छत्ती तो सत्त कि हो गया तरताली फोर थ्री फाइव सिक्स मतलब बच्चे तरताली छपंजा इस सवाल का जो है वो बिल्कुल सही जवाब हो जाएगा तरताली छपंजा जो है बचे इस सवाल का की होजूगा बिल्कुल सही जवाब हो जाएगा तरताली छपंजा जो है इस सवाल का की होजूगा बिल्कुल सही जवाब हो जाएगा एक बार थाम कर दूंगा कि सर इनिंग गल ओके है गल क्लीयर है ਅੱਗੇ ਚੱਲਦੇ ਹਾਂ ਹਾਂਜੀ ਬੱਚੇ ਫਟਾਫਟ ਦੱਸ ਦੋਗੇ ਕਿ ਸਰ ਇਹ ਨਹੀਂ ਗੱਲ ਓਕੇ ਹੈ ਇਹ ਨਹੀਂ ਗੱਲ ਕਲੀਅਰ ਆ ਪਾ ਅੱਗੇ ਚੱਲਦੇ ਹਾਂ ਸ਼ਾਬਾਸ਼ ਹਾਂਜੀ ਇੱਕ ਵਾਰ ਸਾਰੇ ਵਿੱਚ ਕਲਾਸ ਨੂੰ ਲਾਈਕ ਦਾ ਬਟਨ ਦਬਦੋਂਗੇ ਕੋਈ ਥੰਬਸ ਅਪ ਕਰਦੋਂਗੇ ਜਾਂ ਹੈਂਡ ਰਿਸ ਕਰਦੋਂਗੇ ਕਿ ਸਰ ਬਿਲਕੁਲ ਓਕੇ ਹੈ ਕਲੀਅਰ ਹੈ ਆਜੋ ਅਗਲੇ ਕੁਐਸਚਨ ਤੇ ਚੱਲਦੇ ਹਾਂ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਸਾਹਮਣੇ ਕੀਤਾ ਗਿਆ ਬੱਚੇ ਆ ਰਿਹਾ ਕਹਿੰਦਾ ਪਿੰਡ ਦੀ ਆਬਾਦੀ 5500 ਹੈ ਜੇਕਰ ਮਰਦਾਂ ਦੀ ਗਿਣਤੀ ਵਿੱਚ 11% ਤੇ ਔਰਤਾਂ ਦੀ ਗਿਣਤੀ ਦੇ ਵਿੱਚ 20% ਵਾਧਾ ਹੁੰਦਾ ਹੈ ਤਾਂ ਸ਼ਹਿਰ ਵਿੱਚ ਔਰਤਾਂ ਦੀ ਆਬਾਦੀ ਦਾ ਪਤਾ ਲਗਾਓ ਦੇਖੋ ਹੁਣ ਅਦੇ ਬੱਚੇ ਕਈ ਬੱਚੇ ਕੀ ਕਰਦੇ ਐਲੀਗੇਸ਼ਨ ਲਗਾਉਂਦੇ ਹੁਣ ਐਲੀਗੇਸ਼ਨ ਲਗਾਉਣ ਵਾਸਤੇ ਪਹਿਲੇ ਇੱਕ ਚੀਜ਼ ਦੇਖ ਲਓ 5500 ਇੱਕ ਪਿੰਡਿਆ ਸ਼ਹਿਰ ਦੀ ਆਬਾਦੀ ਸੀ ਆਦਮੀ 11% ਦੇ حساب ਨਾਲ ਵਧ ਰਿਹਾ ਔਰਤਾਂ ਵੀ 20% ਦੇ حساب ਨਾਲ ਵਧ ਰਹੀਆਂ ਤੇ ਇੱਕ ਸਾਲ ਬਾਅਦ ਆਬਾਦੀ ਇੰਨੀ ਹੋਗੀ ਤਾਂ 5500 ਤੋਂ ਰਾਜੇ ਪਹਿਲੇ ਤਾਂ ਇੱਕ ਚੀਜ਼ ਦੇਖ ਲਿਆ ਕਰੋ ਕਿ 5500 ਤੋਂ ਕਿੰਨੀ ਹੋਗੀ 6300ਤੀ ਹੋਗੀ 800ਤੀ ਵਧ ਗਈ ਕਿੱਥੋਂ ਵਧੀ 5500 ਤੋਂ ਇੰਟੂ ਦੇ ਵਿੱਚ ਲਾ ਲਓ ਸੋ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟੋਂਗੇ ਹੁਣ ਬੱਚੇ ਕੀ ਆ ਕੈਲਕੂਲੇਸ਼ਨ ਪੂਰੀ ਪੂਰੀ ਮੇਰੀ ਜਾ ਰਹੀ ਹੈ ਪੱਕੇ ਨਹੀਂ ਆ ਜਾ ਰਹੀ ਪਹਿਲੇ ਦੇਖੋ 55 ਕ 55 ਜੇ ਤੁਸੀਂ ਕਹ ਦੋਗੇ ਸਰ 23 ਤੇ 5 28 280 55 ਗੁਣਾ 5 ਆਜਾਗਾ 275 ਨਹੀਂ ਇਸ ਪੁਆਇੰਟ ਆ ਜਾਏਗਾ ਬੱਚੇ ਤਾਂ ਤੁਸੀਂ ਇੱਕ ਸਿੰਪਲ ਜਿਹਾ ਤੁਹਾਨੂੰ ਮੈਥਡ ਮੈਂ ਪਹਿਲੇ ਵੀ ਸਿਖਾਇਆ ਹੋਇਆ ਹੈ ਇੱਕ ਵਾਰ ਫਿਰ ਤੋਂ ਸਮਝਾਣਾ ਦੇਖੋ ਜਰਾ ਆਦਮੀ ਕਿਸ ਹਿਸਾਬ ਨਾਲ ਵਧ ਰਿਹਾ ਬੱਚੀ ਮੇਲ ਤੇ ਫੀਮੇਲ ਦੋਨਾਂ ਦਾ ਦੇਖ ਲੋ मेल ਤੇ ਫੀਮੇਲ ਦੀ ਬੱਚੇ ਗੱਲ ਕਰਾਂ ਕਿ 11% ਆਦਮੀ ਵਧ ਰਹੇ ਤੇ 20% ਔਰਤਾਂ ਵਧ ਰਹੀਆਂ ਹੈ ਹੁਣ ਆ 20% ਨੂੰ 20% ਨਹੀਂ ਲਿਖਣਾ ਤੁਸੀਂ ਕਹੋਗੇ ਸਰ ਐਦਾਂ ਕਿਉਂ ਬੱਚੇ ਕਿਉਂਕਿ ਆ 11 ਹੈ ਇਹਨੂੰ ਕੀ ਲਿਖਾਂਗੇ 11 9 ਕੀ ਲਿਖਾਂਗੇ 11% 9% 11 9 ਲਿਖਾਂਗੇ 11% 9% ਲਿਖਾਂਗੇ ਕਿਉਂਕਿ ਬੱਚੇ ਜੋ 11 11 ਕਾਮਨ ਹੈ ਦੋਨਾਂ ਚ ਕੀ ਹੈ 11 ਕਾਮਨ ਹੈ ਹੁਣ ਮੇਰੀ ਗੱਲ ਦੱਸੋ ਕਿ 5500 ਤੋਂ 5500 ਤੋਂ 3600ਤੀ ਹੋਗੀ ਜੋ ਵਾਦਾ ਹੋਇਆ ਬੱਚੋ ਕਿੰਨਾ ਹੋਇਆ 830 ਦਾ ਹੋਇਆ 830 ਦਾ ਹੋਇਆ ਹੈ ਹੋਇਆ ਨਾ ਤਾਂ 11% ਤਾਂ ਬੱਚੇ ਦੋਨੋਂ ਜਗ੍ਹਾ ਤੇ ਕਾਮਨ ਹੀ ਹੈ ਤਾਂ 5500 ਆਬਾਦੀ ਸੀ ਤਾਂ 5500 ਤੋਂ ਵਧੀ 11% ਤਾਂ 11% ਤਾਂ ਪਹਿਲੇ ਕੱਢ ਲਓ ਕਿੰਨਾ ਆਏਗਾ 20 ਨਾ 20 ਕਟੋਗੇ ਤਾਂ ਇਹ ਆ ਜਾਏਗਾ ਬੱਚੇ 605 ਆ ਜਾਏਗਾ ਨਾ ਤਾਂ ਮੈਂ ਕਹ ਦੇਗਾ 11% ਦੋਨੋਂ ਜਗ੍ਹਾ ਤੇ ਕਾਮਨ ਹੈ 5500 ਤੋਂ ਵਾਧਾ ਹੋਇਆ 11% ਮਤਲਬ 605 ਤੁਸੀਂ ਮਾਈਨਸ ਕਰ ਦੋ ਤਾਂ ਮੇਰਾ ਜੋ ਆ ਜਾਏਗਾ ਬੱਚੇ ਕਿੰਨਾ ਆ ਜਾਏਗਾ ਇਹ ਆ ਜਾਏਗਾ ਆਪਣੇ ਕੋਲ 225 225 ਬਚਿਆ ਹੈ ਮੇਰੇ ਕੋਲ ਸਿਰਫ ਮੇਰੇ ਕੋਲ ਕਿੰਨਾ ਬਚਿਆ ਬੱਚੇ 225 ਬਚਿਆ ਹੈ ਮੇਰੇ ਕੋਲ ਕਿੰਨਾ ਬਚਿਆ ਹੈ ਬੱਚੇ 225 ਬਚਿਆ ਹੈ ਬਚਿਆ ਨਾ ਕਿ 830 ਦਾ ਟੋਟਲ ਵਾਧਾ ਹੋਇਆ ਹੈ 605 ਬੱਚੇ ਕਾਮਨ ਹੋ ਗਿਆ 605 ਮਤਲਬ ਇਹਨਾਂ ਦੋਨਾਂ ਵਾਸਤੇ 605 ਆ ਚੁੱਕਿਆ ਹੈ ਟੋਟਲ 830 ਵਾਧਾ 605 ਮਾਈਨਸ ਕਰੋਗੇ 225 ਹੁਣ ਜੋ ਆ 225 ਵੈਲਿਊ ਹੈ ਰਾਜੇ ਇਹ ਜੋ 225 ਵੈਲਿਊ ਹੈ ਵੈਲਿਊ ਕਿਹਦੀ ਹੈ 9% ਦੀ ਹੈ ਇਹ ਵੈਲਿਊ ਕਿਹਦੀ ਹੈ 9% ਦੀ ਕਿਉਂਕਿ ਆਪਣੇ ਕੋਲ 9% ਬਚਿਆ ਉਹ ਕਹਿੰਦਾ ਕਿ 225 ਹੁਣ ਬੱਚਾ ਜੀ ਜੇ 9% ਦੀ ਵੈਲਿਊ 225 ਹੈ ਤਾਂ 1% ਦੀ ਵੈਲਿਊ ਕਿੰਨੀ ਹੋਵੇਗੀ ਹੁਣ ਜੇ 9 ਨੂੰ 225 ਤੇ ਗੋਟੋਗੇ ਤਾਂ 25 ਗੁਣਾ 9 225 ਹੁੰਦਾ ਹੁੰਦਾ ਨਾ 225 ਦੇ ਵਿੱਚ 9 ਦਾ ਭਾਗ ਕਰਾਂਗੇ ਤਾਂ 25 ਆ ਜਾਏਗਾ ਜੇ 1% ਦੀ ਵੈਲਿਊ 25 ਹੈ ਤਾਂ ਬੱਚੇ 100% ਦੀ ਵੈਲਿਊ ਕਿੰਨੀ ਆ ਜਾਏਗੀ 25 100 ਆ ਜੇਗੀ ਤਾਂ ਔਰਤਾਂ 2500 ਹੈ 5500 ਟੋਟਲ ਸੀ ਬੱਚੇ ਤਾਂ 5500 ਚੋਂ 2500 ਮਾਈਨਸ ਕਰ ਦਾਂਗੇ 3000 ਆਪਣੇ ਕੋਲ ਆਦਮੀ ਆ ਜਾਣਗੇ ਬਟ ਮੈਨੂੰ ਸਵਾਲ ਦੇ ਵਿੱਚ ਬੱਚੇ ਸਿਰਫ ਔਰਤਾਂ ਦੀ ਗਿਣਤੀ ਪੁੱਛੀ ਹੈ ਤਾਂ ਮੈਂ ਔਰਤਾਂ ਦੀ ਆਬਾਦੀ ਦਾ ਵਾਸਤੇ ਅਨਸਰ ਕਿੰਨਾ ਕਰੂੰਗਾ ਬੱਚੇ 2500 2500 2500 ਬੱਚੇ ਹੈ ਸਵਾਲ ਦਾ ਕੀ ਹੋ ਜੂਗਾ ਬਿਲਕੁਲ ਸਹੀ ਜਵਾਬ ਹੋ ਜਾਏਗਾ ਐਨੀ ਗੱਲ ਕਲੀਅਰ ਹੈ ਐਨੀ ਗੱਲ ਕਲੀਅਰ ਹੈ ਕੋਈ தம்ਸ ਅਪ ਕਰ ਦੋਗੇ ਸ਼ਾਬਾਸ਼ ਕਿ ਸਰ ਐਨੀ ਗੱਲ ਕਲੀਅਰ ਹੈ हाँ जी बच्चे ये हर एक बच्चे लिए बच्चे चाहे तो पंजाब पुलिस वाले हो चाहे पीटर प्लस बी सारे वास्ते वास्तव इंपोर्टेंट क्लास है ठीक है मोस्ट एक्सपेक्टेड क्वेश्चन मोस्ट रिपीटेड क्वेश्चन आप आज कर रहे हैं चलिए बच्चे अगे अगले क्वेश्चन दिया दिजा शाबाश बनाओगी कि आएगा देखो टू पलस रूट थ्री टू माइनस रूट थ्री हूँ देखो बच्चे ए नॉर्मल जो बच्चे है जिम्मे अगर गल करा जिन्होंने एक शॉर्टकट नहीं पता ਯਾਰ ਮੈਂ ਦੇਖਾਂ ਕਿ ਆਪਾਂ ਇਹਨੂੰ ਕਰਦੇ ਕਿਸ ਤਰੀਕੇ ਨਾਲ ਤੁਹਾਨੂੰ ਵੀ ਪਤਾ ਹੈ ਕਿ ਸਰ ਆ 2 √3 ਦੇ ਰੱਖਿਆ ਹੈ ਆ 2 √3 ਦੇ ਰੱਖਿਆ ਹੈ ਦੇ ਰੱਖਿਆ ਨਾ ਹੁਣ ਜੇ ਕੋਈ ਨਾਰਮਲ ਬੱਚਾ ਹੈ ਜਿਹਨੂੰ ਕੋਈ ਸ਼ਾਰਟ ਟ੍ਰਿਕ ਨਹੀਂ ਪਤਾ ਉਹ ਕੀ ਕਰੇਗਾ 2 √3 ਆ ਤਾਂ ਉੱਪਰ ਮਲਟੀਪਲਾਈ ਕਰਾਏਗਾ 2 √3 ਦਾ ਥੱਲੇ ਵੀ ਮਲਟੀਪਲਾਈ ਕਰਾਏਗਾ 2 √3 ਦਾ ਮਤਲਬ ਸਾਈਨ ਚੇਂਜ ਕਰਕੇ ਮਲਟੀਪਲਾਈ ਕਰਾ ਕੇ ਆਨਸਰ ਆ ਜਾਊਗਾ ਨਹੀਂ ਯਾਰ ਐਦਾ ਨਹੀਂ ਕਰਨਾ ਦੇਖੋ ਇੱਕ ਤਾਂ ਤੁਹਾਨੂੰ ਅਸੀਂ ਖਾਣਾ ਬੱਚੇ ਆਪਸ਼ਨ ਦੇ ਨਾਲ ਇੱਕ ਤੁਹਾਨੂੰ ਮੈਂ ਸਿਖਾਣਾ ਡਾਇਰੈਕਟ ਦੇਖੋ ਉੱਪਰ نیچے ਸੇਮ ਦੇ ਰੱਖਿਆ ਹੈ ਠੀਕ ਹੈ ਉੱਪਰ ਜੇ ਪਲੱਸ ਵਾਲਾ ਹੈ ਤਾਂ ਮਾਈਨਸ ਵਾਲਾ ਆਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮਾਈਨਸ ਵਾਲਾ ਅਨਸਰ ਨਹੀਂ ਆਏਗਾ ਪਲੱਸ ਦਾ ਹੀ ਅਨਸਰ ਆਊਗਾ ਠੀਕ ਹੈ ਹੁਣ ਜੇ ਬੱਚੇ ਐਦਾ ਅਨਸਰ ਕਰਨਾ ਹੁੰਦਾ ਮੈਂ ਤਾਂ ਦੋਨੋਂ ਨੰਬਰਾਂ ਦੇ ਮੈਂ ਸਕੁਅਰ ਕਰਦਾ 2 ਦਾ ਸਕੁਅਰ ਕਿੰਨਾ ਹੁੰਦਾ 4 3 ਦਾ ਸਕੁਅਰ ਕਿੰਨਾ ਹੁੰਦਾ 3 √3 ਤਾਂ √3 ਦਾ ਸਕੁਅਰ ਹੋਊਗਾ 3 4 ਦੇ 3 7 ਸਟਾਰਟਿੰਗ ਹੀ 7 ਆਏਗਾ ਤਾਂ ਮੈਂ ਕਰਕੇ ਇਹੀ ਕਰ ਦੇਣਾ ਸੀ ਭੀ ਇਹ ਵਾਲਾ ਅਨਸਰ ਹੈ ਬਟ जो तुम समझने की कोशिश करते हो कि हाँ सर मैं समझना चाहना हाँ तो बच्चे एक सिंपल जी चीज़ देखो ये आप प्लस बी का होल स्केर कर देने वो कि होंगे बच्चे ए स्केर प्लस बी स्केर प्लस टू ए बी ए स्केर प्लस बी स्केर प्लस टू ए बी ए स्केयर का मतलब दो दर कि होंगे चार बी स्केयर का मतलब अंडर रूट तीन का स्केर कि तीन प्लस दो ए कि है दो बी कि है अंडर रूट तीन ਠੀਕ ਹੈ ਨਾ 4 ਦੇ 3 7 2 ਦੁਨੀ 4 √3 7 4 √3 ਮਤਲਬ ਇਹ ਲੋ ਕਲੀਅਰ ਅਨਿੰਗਲ ਤਾਂ ਇਹ ਬੱਚੇ ਦੋ ਤਿੰਨ ਚੀਜ਼ਾਂ ਹੈ ਇੱਕ ਤਾਂ ਰੈਸ਼ਨਲਾਈਜ਼ਿੰਗ ਕਰਕੇ ਆ ਜੂਗਾ ਇੱਕ ਆਪਾਂ a b ਦਾ ਹੋਲ ਸਕੁਅਰ ਪੁੱਟ ਕਰਾਂਗੇ ਕਿਉਂਕਿ ਉੱਪਰ ਉੱਪਰ ਜੇ a b ਹੈ ਤਾਂ a b ਦਾ ਜੇ ਮੈਂ ਹੋਲ ਸਕੁਅਰ ਪੁੱਟ ਕਰੂੰਗਾ ਤਾਂ ਬੱਚੇ a² b² 2ab ਹੋ ਜਾਂਦਾ ਹੈ ਤਾਂ that is the ਬੱਚੇ ਅਨਸਰ ਬਣ ਜੂਗਾ 7 4√3 7 4 √3 ਹੈ ਸਵਾਲ ਦਾ ਬਹੁਤ ਸ਼ਾਨਦਾਰ ਤਰੀਕੇ ਨਾਲ ਬੱਚੇ ਆਪਾਂ ਜਵਾਬ ਦੇ ਦਾਂਗੇ केनी क्लियर है बच्चे एक बार थम्सअप कर दो शाबाश। के क्लियर है बच्चे है बच्चे एक बार सारे बच्चे थम्सअप कर दूंगे कि सर इनी गल ओके है इन गल है हाँ जी चलिए अगे चलो ਲੋ ਬੱਚੋ ਇਹ ਸੀ ਆਪਣੀ ਅੱਜ ਦੀ ਕਲਾਸ ਉਮੀਦ ਕਰਦਾ ਪਸੰਦ ਆਈ ਹੋਵੇਗੀ ਤੇ ਇੱਕ ਵਾਰ ਫਿਰ ਤੋਂ ਮੇਰੇ ਵੱਲੋਂ ਪੂਰੀ ਪੰਜਾਬ 24/7 ਦੀ ਟੀਮ ਵੱਲੋਂ ਤੁਹਾਨੂੰ ਤੇ ਪੂਰੇ ਪਰਿਵਾਰ ਨੂੰ ਹੈਪੀ ਦੀਵਾਲੀ ਸੇਫ ਖੇਲਿਓ ਤੇ ਵਧੀਆ ਖੇਲਿਓ ਇੰਜੋਏ ਕਰਿਓ ਆਪਦੀ ਫੈਮਿਲੀ ਪਰਿਵਾਰ ਦੇ ਨਾਲ ਬਟ ਐਜੂਕੇਸ਼ਨ ਸੈਕਟਰ ਦੇ ਨਾਲ ਜੁੜੇ ਰਹੋ ਮਤਲਬ ਇੱਕ ਗੈਪ ਨਾ ਦੇ ਗੈਪ ਨਹੀਂ ਦੇਣਾ ਜਾਂ ਆਪਾਂ ਕਹਿੰਦੇ ਨੇ ਕੋਈ ਫੈਸਟੀਵਲ ਕੋਈ ਇੱਕ ਮੌਕਾ ਚਾਹੀਦਾ ਹੁੰਦਾ ਨਾ ਕਿ ਬੱਚਿਆਂ ਨੂੰ ਤਿਆਰੀ ਕਰਨ ਵਾਸਤੇ ਤਾਂ ਬੱਚੇ ਬਹੁਤ ਵਧੀਆ ਮੌਕਾ ਹੈ ਦੀਵਾਲੀ ਤੇ ਖਾਸ ਆਫਰ ਲੱਗੇ ਹੋਏ ਬੱਚੇ ਪੰਜਾਬ 247 ਤੇ ਕਿਤਾਬਾਂ ਤੇ ਵੀ ਤੇ ਮਹਾ ਪੈਕ ਤੇ ਵੀ ਸੁਣਿਓ ਜਰਾ ਤਿਆਰੀ ਕਰਨਾ ਚਾਹੁੰਦੇ ਹੋ ਨਾ ਤਾਂ ਬੈਸਟ ਮੌਕਾ ਬੱਚੇ ਅੱਜ ਐਡਮਿਸ਼ਨ ਕਰਨ ਦਾ ਅੱਜ انرੋਲ ਕਰਨ ਦਾ ਦੇਖੋ ਸਾਰੀਆਂ ਕਿਤਾਬਾਂ ਹੈ ਮੈਥ ਰੀਜਨਿੰਗ ਕੰਪਿਊਟਰ ਪੰਜਾਬੀ ਇੰਗਲਿਸ਼ ਜੀਕੇ ਪੰਜਾਬ ਜੀਕੇ ਇਹ ਜੋ ਬੱਚੇ ਸਾਰੀਆਂ ਕਿਤਾਬਾਂ ਹੈ ਇਹ ਤੁਹਾਡੇ ਸਾਹਮਣੇ ਜੋ ਸਾਰੀਆਂ ਕਿਤਾਬਾਂ ਦੇਖਣ ਨੂੰ ਮਿਲ ਰਹੀਆਂ ਹੈ ਮੈਥ ਰੀਜ਼ਨਿੰਗ ਕੰਪਿਊਟਰ ਪੰਜਾਬੀ ਇੰਗਲਿਸ਼ ਜੀਕੇ ਜੀਐਸ ਪੰਜਾਬ ਜੀਕੇ ਇਹ ਸਾਰੀਆਂ ਕਿਤਾਬਾਂ ਬੱਚੇ ਪੰਜਾਬ ਦੇ ਸਪੈਸੀਫਿਕ ਐਗਜ਼ਾਮ ਦੇ ਲਈ ਬਣਾਈਆਂ ਗਈਆਂ ਹੈ ਮਤਲਬ ਤੁਸੀਂ ਕੋਈ ਵੀ ਪੇਪਰ ਦੇਣਾ ਹੈ ਪੰਜਾਬ ਦਾ ਮੈਥ ਕੰਪਲੀਟ ਹੈ ਰੀਜ਼ਨਿੰਗ ਕੰਪਲੀਟ ਹੈ ਕੰਪਿਊਟਰ ਕੰਪਲੀਟ ਹੈ ਜੀਕੇ ਜੀਐਸ ਪੰਜਾਬ ਜੀਕੇ ਸਭ ਕੰਪਲੀਟ ਹੈ ਡਿਸਕਾਊਂਟ ਕੋਡ Y752 ਲਾਣਾ ਹੈ ਫ੍ਰੀ ਵੀਡੀਓ ਲੈਕਚਰ ਮਤਲਬ ਕਿਤਾਬਾਂ ਕੱਲੀਆਂ ਨਹੀਂ ਹੈ ਬੱਚੇ ਕਿਤਾਬਾਂ ਨਾਲ ਫ੍ਰੀ ਵੀਡੀਓ ਲੈਕਚਰ ਵੀ ਹੈ ਗਾਈਡੈਂਸ ਸੈਸ਼ਨ ਵੀ ਹੈ ਫ੍ਰੀ ਡਿਲੀਵਰੀ ਵੀ ਹੈ ਤਾਂ ਇਹ ਸਭ ਕੁਝ ਤੁਹਾਨੂੰ ਮਿਲ ਜਾਂਦਾ ਕਿਤਾਬਾਂ ਦੇ ਨਾਲ ਆਓ ਜਰਾ ਬਟ ਮੈਂ ਰეკਮੈਂਡ ਕਰੂੰਗਾ ਬੱਚੇ ਕਿ ਤੁਸੀਂ ਸੱਤ ਦੀਆਂ ਸੱਤ ਕਿਤਾਬਾਂ ਇਕੱਠੀਆਂ ਆਰਡਰ ਕਰੋਗੇ ਤਾਂ ਬਹੁਤ ਜ਼ਿਆਦਾ ਤੁਹਾਡਾ ਅਜਾਇਬਾ ਹੋ ਰਿਹਾ ਹੈ 2400 ਦਾ ਕੋਮਬੋ ਹੁੰਦਾ 1800 ਦਾ ਬਟ ਨਹੀਂ ਹੈ ਸਿਰਫ ਤੇ ਦੀਵਾਲੀ ਟਾਈਮ ਹੈ ਤਾਂ 1399 ਦਾ ਕੀਤਾ ਹੋਇਆ ਬੱਚੇ 1300 ਬਸ ਇਹਦਾ 247 ਦੀ ਐਪ ਤੇ ਮਿਲੂਗਾ ਬਸ ਇੱਕ ਗੱਲ ਧਿਆਨ ਰੱਖਣੀ ਹੈ ਇਹ ਗਲਤੀ ਨਹੀਂ ਕਰਨੀ ਕਿਉਂਕਿ ਬੱਚੇ ਵੀਡੀਓ ਲੈਕਚਰ ਚਾਹੀਦੇ ਆ ਫ੍ਰੀ ਈ-ਬੁੱਕ ਮਤਲਬ ਕਿਤਾਬ ਦੀ ਪੀਡੀਐਫ ਕਿਤੇ ਬਾਹਰ ਗਈ ਹੋਈ ਹੋਊ ਕਿਤਾਬ ਦੀ ਪੀਡੀਐਫ ਤੁਹਾਡੇ ਫੋਨ ਦੇ ਵਿੱਚ ਹੋਏਗੀ ਤੁਸੀਂ ਉਹਦੇ ਤੋਂ ਪੜ ਸਕਦੇ ਹੋ ਫ੍ਰੀ ਵੀਡੀਓ ਲੈਕਚਰ ਮਤਲਬ ਜੋ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਉਹ ਤੁਹਾਨੂੰ ਪੜਨ ਨੂੰ ਮਿਲਦਾ ਹੈ ਫ੍ਰੀ ਡਿਲੀਵਰੀ ਤੇ ਗਾਈਡੈਂਸ ਤੇ ਮੈਂਟਰਸ਼ਿਪ ਦੇ ਸੈਸ਼ਨ ਇਹਦੇ ਲਈ ਬੱਚੇ ਡਿਸਕਾਊਂਟ ਕੋਡ ਵਰਤਣਾ ਜ਼ਰੂਰੀ ਹੈ ਕਿ Y752 Y752 ਲਾਣਾ ਜ਼ਰੂਰੀ ਹੈ ਕਿਉਂਕਿ ਬੱਚੇ ਅਕਸਰ ਗਲਤੀ ਕਰਦੇ ਨੇ ਸਰ ਮੈਨੂੰ ਵੀਡੀਓ ਲੈਕਚਰ ਨਹੀਂ ਸ਼ੋ ਹੋ ਰਿਹਾ ਤਾਂ ਬੱਚੇ ਤਿਆਰ ਰੱਖਣਾ ਹੈ Y752 ਲਾ ਕੇ ਤੁਸੀਂ ਯੂਜ਼ ਕਰਨਾ ਹੈ ਕਿ ਬਾਕੀ ਬੱਚੇ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਨਾ ਬੇਸਿਕਸ ਤੋਂ ਪੰਜਾਬ 247 ਨਾਲ ਜੁੜ ਕੇ ਦੇਖੋ ਯਾਰ ਮੌਕਿਆਂ ਦੀ ਕਮੀ ਨਹੀਂ ਹੈ ਪੰਜਾਬ ਪੁਲਿਸ ਕਨਸਟੇਬਲ ਦਾ ਟਾਰਗੇਟਡ ਬੈਚ ਸ਼ੁਰੂ ਕਰ ਰਹੇ ਹਾਂ ਚਾਹੇ ਤੁਸੀਂ ਇੰਸਪੈਕਟਰ ਦੀ ਤਿਆਰੀ ਕਰਨੀ ਚਾਹੇ ਤੁਹਾਡਾ ਲੇਬਰ ਇੰਸਪੈਕਟਰ ਅੱਗੇ ਆ ਰਿਹਾ ਚਾਹੇ ਤੁਸੀਂ ਕਲਰਕ ਸੀਨੀਅਰ ਅਸਿਸਟੈਂਟ ਕੋਈ XYZ ਪੰਜਾਬ ਦਾ ਕੋਈ ਪੇਪਰ ਹੈ ਇਹ ਆਉਣ ਵਾਲੇ ਸਾਰੇ ਪੇਪਰ ਹੈ ਬੱਚੋ ਜਿਵੇਂ ਮੈਂ ਅਗਰ ਗੱਲ ਕਰਾਂ ਅੰਗਨwadi ਦੇ ਵਿੱਚ 3000 ਪੋਸਟਾਂ ਕੁੜੀਆਂ ਵਾਸਤੇ ਚੰਡੀਗੜ੍ਹ ਦੇ ਵਿੱਚ ਵਿੱਚ ਪੁਲਿਸ ਕਨਸਟੇਬਲ ASI 1500 ਪਲੱਸ ਰਿਕਰੂਟਮੈਂਟ ਜਿਵੇਂ ਮੈਂ ਸੈਸ਼ਨ ਕੀਤਾ ਸੀ ਤੁਸੀਂ ਉਹਦੇ ਵਿੱਚ ਦੇਖਿਆ ਹੋਊਗਾ ਪੰਜਾਬ ਪੁਲਿਸ ਹੋ ਗਿਆ ਐਕਸਾਈਜ ਇੰਸਪੈਕਟਰ ਹੋ ਗਿਆ ਫਾਇਰਮੈਨ ਹੋ ਗਿਆ ਫੋਰੈਸਟ ਗਾਰਡ ਹੋ ਗਿਆ ਇਹ ਜੋ ਸਾਰੇ ਹੈ ਬੱਚੇ A to Z ਸਾਰੇ ਹੈਗੇ ਤੁਹਾਡੇ ਕੋਲ ਜਿਨੇ ਮਰਜੀ ਪੇਪਰ ਹੈ ਇਹ ਸਾਰੇ ਪੇਪਰਾਂ ਦੀ ਤਿਆਰੀ ਵਾਸਤੇ ਬੱਚੇ ਆਪਣੇ ਕੋਲ ਅੱਡ-ਅੱਡ ਬੈਚ ਤੁਹਾਨੂੰ ਐਨਰੋਲ ਕਰਨ ਦੀ ਲੋੜ ਨਹੀਂ ਹੈ ਸੋ ਇਹ ਮਾਸਟਰ ਗਾਈਡਰ ਪੀਐਸਟ ਜੇਲ ਵਾਰ ਤੁਹਾਡੇ ਸਾਹਮਣੇ ਦੇਖ ਨੂੰ ਮਿਲ ਰਹੇ ਫਾਊਂਡੇਸ਼ਨ ਬੈਚ ਪੰਜਾਬ ਪੁਲਿਸ ਪੰਜਾਬ ਪੁਲਿਸ ਕਨਸਟੇਬਲ ਪੰਜਾਬ ਪੁਲਿਸ ਐਸਆਈ ਜਿਨੇ ਵੀ ਬੈਚ ਹੈ ਕਿੱਥੇ ਵੀ ਐਕਸਟਰਾ ਐਨਰੋਲ ਨਹੀਂ ਕਰਨਾ ਬੱਚੇ ਕਿੱਥੇ ਐਨਰੋਲ ਕਰਨੇ ਕੋਈ ਇੱਕ ਥਾਂ ਤੇ ਪੰਜਾਬ ਦੇ ਮਹਾ ਪੈਕ ਦੇ ਨਾਲ ਥਿਸ ਇਜ਼ ਦਾ ਬੈਸਟ ਕਿਉਂ ਬੈਸਟ ਹੈ ਨਾ ਬੱਚੇ ਕਿਉਂਕਿ ਤੁਹਾਨੂੰ ਪਤਾ ਹੈ ਕਿਹਦੇ ਵਿੱਚ ਹਰ ਇੱਕ ਪੇਪਰ ਦੀ ਤਿਆਰੀ ਹੋ ਜਾਏਗੀ ਹਰ ਇੱਕ ਪੇਪਰ ਦੀ ਟੈਸਟ ਸੀਰੀਜ਼ ਮਿਲ ਜੇਗੀ ਦੇਖੋ ਜਰਾ ਡਿਸਕਾਊਂਟ ਕੋਡ Y752 ਲਾ ਕੇ ਬੱਚੇ ਨੋਰਮਲ ਡੀਨਰ ਤੇ ਤੁਹਾਨੂੰ 3200 ਨਹੀਂ ਦੇ ਇੱਕ ਸਾਲ ਵਾਸਤੇ ਮਿਲਦਾ ਇੱਕ ਸਾਲ ਦਾ ਮਤਲਬ 12 ਮਹੀਨੇ ਬਟ ਅੱਜ انرੋਲ ਕਰਦੇ ਹੋ ਬੱਚੇ ਤਾਂ ਸੇਮ ਇਹੀ ਚੀਜ਼ ਸਤਾਰਾਂ 226 ਦੀ 17 1750 ਜਿੱਥੇ ਜੀ ਤੁਹਾਨੂੰ ਮਿਲ ਰਿਹਾ ਹੈ ਡਿਸਕਾਊਂਟ ਕੋਡ Y752 ਲਾ ਕੇ ਤੇ 27 ਮਹੀਨੇ ਦੀ ਵੈਲਿਡਿਟੀ ਦੇ ਨਾਲ Y752 ਲਾਣਾ ਹੈ ਕਿਉਂਕਿ ਤੁਹਾਨੂੰ ਸਾਰੇ ਟੀਚਰਾਂ ਦੀ ਗਾਈਡੈਂਸ ਕਲਾਸ ਲਾਈਵ ਰੈਂਕ ਵਾਲੇ ਟੈਸਟ ਜੋ ਵੀ ਫੈਕਲਟੀ ਟੈਸਟ ਲੈ ਰਿਹਾ ਹੈ ਸਪੈਸ਼ਲ ਗਾਈਡੈਂਸ ਕਲਾਸ ਤੁਹਾਨੂੰ ਇਸ ਡਿਸਕਾਊਂਟ ਕੋਡ ਦੇ ਨਾਲ ਮਿਲਦੀ ਹੈ। ਕਈ ਵਾਰੀ ਹੁੰਦਾ ਸਰ ਬੱਚੇ ਮੈਨੂੰ ਅਸਰ ਮਨੋਂ ਨੇ ਅੱਦਾਂ ਕਹਿਦਾ ਸੀਗਾ ਮੈਂ ਤਾਂ ਉਹ ਇਦਾਂ ਕਹਿੰਦੇ ਸੀਗਾ ਤਾਂ ਧਿਆਨ ਰੱਖਣਾ ਬੱਚੇ ਡਿਸਕਾਊਂਟ ਕੋਡ Y752 ਲਾ ਕੇ ਤੁਸੀਂ انرول ਕਰ ਸਕਦੇ ਹੋ ਤੇ ਆਪਦੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਸਕਦੇ ਹੋ ਠੀਕ ਹੈ ਇਹਦੇ ਵਿੱਚ A to Z ਸਬਜੀਆਂ ਮਿਲ ਜਾਂਦੀਆਂ ਹਨ ਚਾਹੇ ਕੋਈ ਮਰਜ਼ੀ ਚੀਜ਼ ਹੈ ਚਾਹੇ ਕਿਸੇ ਵੀ ਪ੍ਰੀ ਟੈਸਟ ਸੀਰੀਜ਼ ਹੈ ਚਾਹੇ ਕਿਸੇ ਵੀ ਪ੍ਰਦਾ ਕ੍ਰੈਸ਼ ਕੋਰਸ ਹੈ ਚਾਹੇ ਲਾਈਵ ਹੈ ਤੇ ਸਭ ਚੀਜ਼ਾਂ ਦੇ ਵਿੱਚ ਮਿਲ ਜਾਂਦੀ ਹੈ ਦੇਖੋ ਐਨਰੋਲ ਕਰਨ ਦਾ ਤਰੀਕਾ ਦੇਖੋ ਜਿਵੇਂ ਹੀ ਕਲਾਸ ਖਤਮ ਹੋਗੀ ਬੱਚੇ ਕਲਾਸ ਖਤਮ ਹੁੰਦੇ ਸਾਰ ਹੀ ਆਪਦੇ ਫੋਨ ਦੇ ਵਿੱਚ ਅਡਾ 247 ਦੀ ਐਪ ਨੂੰ ਡਾਊਨਲੋਡ ਕਰ ਲਿਆ ਜੀ ਠੀਕ ਹੈ ਆਪਦੇ ਕਲਾਸ ਖਤਮ ਹੁੰਦੇ ਹੀ ਆਪਦੇ ਫੋਨ ਦੇ ਵਿੱਚ ਅਡਾ 247 ਦੀ ਐਪ ਨੂੰ ਕਾ ਡਾਊਨਲੋਡ ਕਰ ਲਿਆ ਜੀ ਆਹ ਦੇਖੋ ਜਰਾ ਦਿਖਾ ਵੀ ਦਿਨਾ ਦੇਖੋ ਤੁਹਾਡੇ ਸਾਹਮਣੇ ਅਨਿਤ ਸਾਰੇ ਪੰਜਾਬ ਤੇ ਚੰਡੀਗੜ੍ਹ ਦੇ ਪੇਪਰਾਂ ਦੀ ਤਿਆਰੀ ਹੋ ਜੇਗੀ ਫਾਊਂਡੇਸ਼ਨ ਬੈਚ ਕ੍ਰੈਸ਼ ਕੋਰਸ ਰਿਵੀਜ਼ਨ ਬੈਚ ਐਮਸੀਕਿਊ ਬੈਚ ਪੇਪਰ ਦੇ ਨੇੜੇ ਜਾ ਕੇ ਰਿਵੀਜ਼ਨ ਕਰਨੀ ਰਿਵੀਜ਼ਨ ਕਰੋ ਲਾਈਵ ਕਲਾਸ ਲਾਈਵ ਨਹੀਂ ਲਗਾ ਸਕਦੇ ਰਿਕਾਰਡਡ ਲਾਓ ਡਾਊਟ ਸੈਸ਼ਨ ਮਾਈਕ ਤੇ ਸਵਾਲ ਪੁੱਛ ਸਕਦੇ ਹੋ ਹਰੇਕ ਕਲਾਸ ਦੀ ਪੀਡੀਐਫ 3200 ਪਲੱਸ ਟੈਸਟ ਸੀਰੀਜ਼ ਗਾਈਡੈਂਸ ਕਲਾਸਾਂ ਦੇ ਸਿਲੇਕਟਡ ਬੱਚਿਆਂ ਨਾਲ ਗੱਲਬਾਤ ਸਭ ਕਿਦਾਂ ਲਾਈਵ ਰੈਂਕ ਵਾਲੇ ਟੈਸਟ ਸਪੈਸ਼ਲ ਐਬੈਂਟਰਸ਼ਿਪ ਡਿਸਕਾਊਂਟ ਕੋਡ Y752 ਲਾ ਕੇ ਆ ਦੇਖੋ ਜਰਾ ਜੁਆਇਨ ਕਰਨ ਦਾ ਤਰੀਕਾ ਦੇਖੋ ਕਿਵੇਂ ਜੁਆਇਨ ਕਰਨਾ ਹੈ ਆਪ ਸਟੋਰ ਤੇ ਗਏ ਚਲੇ ਸਟੋਰ ਤੇ ਜਾ ਕੇ ਬੱਚੇ ਪੰਜਾਬ ਦੇ ਮਹਾਪੈਗ ਤੇ ਕਰਨਾ ਹੈ ਕਲਿੱਕ ਦੇਖੋ ਕਿਤਾਬਾਂ ਆਰਡਰ ਕਰਨੀ ਤਾਂ ਦੇਖੋ ਕਿਤਾਬਾਂ ਦਾ ਸੈਕਸ਼ਨ ਹੈ ਇਹਦੇ ਵਿੱਚ ਕਿਤਾਬਾਂ ਆ ਪੰਜਾਬ ਮਹਾਪੈ ਇਹਦੇ ਤੇ ਕਲਿੱਕ ਕੀਤਾ ਇੱਥੇ ਪੰਜਾਬ ਦਾ ਮਹਾਪੈਕ ਆ ਜਾਊਗਾ ਇੱਥੇ ਕਲਿੱਕ ਕਰੋ ਇੱਥੇ ਕਲਿੱਕ ਕਰੇ ਬਾਅਦ ਬੱਚੇ ਕੋਡ ਲੱਗਿਆ ਹੋਇਆ ਇੱਥੇ ਠੀਕ ਹੈ ਨਾ ਇਹ ਹਟਾ ਦਿਓ ਮੋਰ ਆਫਰਸ ਤੇ ਜਾ ਕੇ ਬੱਚੇ ਕੂਪਨ ਅਵੇਲੇਬਲ ਤੇ ਜਾ ਕੇ ਇੱਥੇ ਜੋ ਇੱਥੇ ਮੋਰ ਆਫਰਸ ਇੱਥੇ ਵੀ ਕਲਿੱਕ ਕਰ ਸਕਦੇ ਹਾਂ ਕੂਪਨ ਅਵੇਲੇਬਲ ਤੇ ਕਲਿੱਕ ਕਰੋਗੇ ਡਿਸਕਾਊਂਟ ਕੋਡ ਪੜੋਗੇ Y75 ਉਹ ਇੱਥੇ ਕੋਡ ਪੜਨਾ ਹੁੰਦਾ ਇੱਥੇ ਅਪਲਾਈ ਕਰਨਾ ਹੁੰਦਾ ਤੇ ਸਿੱਕੇ ਚੁੰਨੇ ਹੁੰਦੇ ਤੇ ਇਹ ਸਾਰਾ ਕੁਝ ਕਰੇ ਬਾਤ ਨੂੰ ਮੈਕਸਿਮਮ ਡਿਸਕਾਊਂਟ ਤੇ ਹੈ ਇਸ ਤੋਂ ਬਾਅਦ ਡਿਸਕਾਊਂਟ ਨਹੀਂ ਮਿਲ ਸਕਦਾ ਬਾਕੀ ਜਿਵੇਂ ਹੀ ਕਲਾਸ ਖਤਮ ਹੋਗੀ ਰਾਜੇ ਕਲਾਸ ਦੇ ਕਮੈਂਟ ਸੈਕਸ਼ਨ ਵਿੱਚ ਮੈਂ ਤੁਹਾਡੇ ਲਿੰਕ ਲਗਵਾ ਦੂੰਗਾ ਲਿੰਕ ਕਿਦਾਂ ਦੇ ਹੋਣਗੇ ਉਹ ਤੁਹਾਨੂੰ ਦਿਖਾ ਦਿੰਨਾ ਬੱਚੇ ਸਭ ਤੋਂ ਪਹਿਲੇ ਪੰਜਾਬ ਮਹਾਪੇਕ ਦੇ ਬਿਲਕੁਲ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਇੱਕ ਤਾਂ ਐਪ ਤੋਂ ਦੱਸਤਾ Google ਤੇ ਜਾ ਕੇ ਸਰਚ ਕਰ ਲਓ ਕੀ ਪੰਜਾਬ ਮਹਾਪੇਕ ਪਹਿਲੇ ਲਿੰਕ ਤੇ ਕਲਿੱਕ ਕਰ ਦਿਓ ਉਹ ਤੁਹਾਡੇ ਸਾਹਮਣੇ ਪੰਜਾਬ ਦਾ ਮਹਾਪੇਕ ਆ ਗਿਆ 1500 ਘੰਟੇ ਦੀਆਂ ਕਲਾਸਾਂ 3361 ਟੈਸਟ ਸੀਰੀਜ਼ 199 ਇਹ ਬੁੱਕਾਂ 2576 ਵੀਡੀਓ ਸਦਗੁਚੇ ਦੇ ਵਿੱਚ ਪਿਆ ਹੈ ਕੋਈ ਐਕਸਟਰਾ ਪੈਸੇ ਨਹੀਂ ਲਾਣੇ ਲੋ 3361 ਟੈਸਟ ਸੀਰੀਜ਼ ਕਿਹੜੇ ਬੇਪੜੀ ਟੈਸਟ ਸੀਰੀਜ਼ ਲਾਣੀ ਜਰਾ ਦੇਖੋ ਪੰਜਾਬ ਪੁਲਿਸ ਦੀ ਪਰ ਇਹ ਹੋਇਆ ਬੱਚੇ ਇੰਗਲਿਸ਼ ਪੰਜਾਬੀ ਚ ਨਾਲੇ ਸਾਰਾ ਕੰਟੈਂਟ ਹੈ ਦੇ ਵਿੱਚ ਤੇ ਹਰ ਇੱਕ ਬੈਂਤ ਹੈ ਹੁਣ ਪੰਜਾਬ ਪੁਲਿਸ ਦੀ ਜੀਰੋ ਤੋਂ ਤਿਆਰੀ ਕਰਨੀ ਹੈ ਬੈਸਟ ਹੈ ਸਬ ਇੰਸਪੈਕਟਰ ਦੀ ਕਰਨੀ ਹੈ ਬੈਸਟ ਹੈ ਕੋਈ ਮਰਜ਼ੀ ਪੇਪਰ ਦੀ ਕਰਨੀ ਬੈਸਟ ਹੈ ਠੀਕ ਹੈ ਤੇ 3 9 ਲਿਖਿਆ ਹੋਇਆ ਮਤਲਬ 9 ਮਹੀਨੇ ਦੇ ਸਾਤੇ 9 3 27 ਮਹੀਨੇ ਵਾਸਤੇ ਮਿਲ ਰਿਹਾ ਹੈ ਇਹ ਗੱਲ ਧਿਆਨ ਰੱਖਣੀ 1998 ਰੁਪਏ ਦਿਖਾ ਰਿਹਾ ਜੋ ਵੀ ਕੋਡ ਲੱਗਿਆ ਹਟਾ ਦਿਓ ਵੀਊ ਆਫਰਸ ਤੇ ਜਾ ਕੇ ਐਂਟਰ ਗੂਪਨ ਕੋਡ ਚ Y752 Y752 ਅਪਲਾਈ ਕਰ ਦਿਓ 1817 ਦਾ ਰਹੇਗਾ ਤੇ 27 ਮਹੀਨੇ ਵਾਸਤੇ ਐਦਾਂ ਹੀ ਬੱਚੇ ਮੇਰੀ ਕੋਈ ਵੀ ਕਲਾਸ ਖੋਲ ਲਓਗੇ ਨਾ ਤੁਸੀਂ ਕੱਲ ਵਾਲੀ ਖੋਲੋ ਜਾਂ ਅੱਜ ਵਾਲੀ ਐਸ ਕਲਾਸ ਦੇ ਕਮੈਂਟ ਸੈਕਸ਼ਨ ਚ ਵੀ ਲਵਾ ਦੂੰਗਾ ਤੇ ਇਹ ਦੇਖੋ ਨਾ ਇੱਥੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਲਿੰਕ ਲੱਗੇ ਹੋਏ ਹੋਣਗੇ ਕਲਿੱਕ ਕਰਨਾ ਹੈ 9752 ਅਪਲਾਈ ਕਰਨਾ ਹੈ ਪੰਜਾਬ ਮਹਾਪੈਗ ਆ ਜਾਏਗਾ ਟ੍ਰੈਂਡਿੰਗ ਮੈਥ ਮੈਥ ਦੀ ਕਿਤਾਬ ਤੇ ਆਫਰ ਚੱਲਿਆ ਹੋਇਆ ਬੱਚੇ ਸਿਰਫ ਤੋਂ ਸਿਰਫ 289 ਦੀ ਕਿਤਾਬ ਆਪਣੇ ਲਈ ਪੈਰੀ ਹੈ బిਗੇਸਟ ਡਿਸਕਾਊਂਟ ਤੇ ਦੀਵਾਲੀ ਤੇ ਮੋਰ ਆਫਰਸ ਤੇ ਗਏ Y752 ਪਰਿਆਤਿਆ 420 350 ਵਾਲੀ ਕਿਤਾਬ ਸਿਰਫ ਤੋਂ ਸਿਰਫ 289 ਦੀ ਪੈਰੀ ਕਿਤਾਬ ਤੁਹਾਡੇ ਘਰੇ ਆ ਜਾਗੀ ਡਿਸਕਾਊਂਟ ਕੋਡ ਤੁਹਾਡੇ ਸਾਹਮਣੇ ਹੈ ਸਾਰੀਆਂ ਕਿਤਾਬਾਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋਗੇ ਤਾਂ ਸਾਰੀਆਂ ਵਿੱਚ ਸਾਰੀਆਂ ਕਿਤਾਬਾਂ ਕੋਈ ਵੀ ਕਿਤਾਬ ਆਰਡਰ ਕਰ ਸਕਦੇ ਹੈਗੇ ਕਮੈਂਟ ਸੈਕਸ਼ਨ ਚ ਮੇਰੀ ਕਲਾਸ ਕੋਈ ਵੀ ਖੋਲੋ ਦੇ ਕਮੈਂਟ ਸੈਕਸ਼ਨ ਚ ਲਿੰਕ ਲੱਗੇ ਹੋਣਗੇ 7 ਵਾਲਾ ਕੰਬੋ ਮੰਗਾਣਾ ਹੈ ਉਹਦੇ ਤੇ ਕਲਿੱਕ ਕਰੋ ਤੇ ਇਹਦੇ ਤੇ ਕਲਿੱਕ ਕਰੇ ਬਾਅਦ ਤੁਹਾਨੂੰ 1794 1435 ਜਿੰਨਾ ਵੀ ਦਿਖਾਏ ਵਿਊ ਆਫਰਸ ਤੇ ਗਏ Y752 ਪਰ ਇਹੋ ਕੀ ਵੀਡੀਓ ਲੈਕਚਰ ਚਾਹੀਦੇ ਹੈ ਗਲਤ ਨਾ ਲਗਾ ਦੇ ਕਿਉਂਕਿ ਬੱਚੇ ਕਈ ਵਾਰੀ ਹੋ ਜਾਂਦਾ ਹੈ ਗਲਤ ਲਾ ਕੇ ਬਾਅਦ ਕਹਿ ਦਿੰਦੇ ਸਰ ਮੈਨੂੰ ਵੀਡੀਓ ਲੈਕਚਰ ਨਹੀਂ ਸ਼ੋ ਹੋ ਰਿਹਾ ਤੇ ਬੱਚੇ ਤੇ ਆ ਰੱਖਣਾ ਹੈ ਡਿਸਕਾਊਂਟ ਕੋਡ YS52 ਲੱਗਿਆ ਹੋਇਆ ਹੈ ਤਾਂ ਵੀਡੀਓ ਲੈਕਚਰ ਗਾਈਡੈਂਸ ਸੈਸ਼ਨ ਕਿਤਾਬ ਦੀ ਪੀਡੀਐਫ ਜੋ ਵੀ ਚੀਜ਼ਾਂ ਹੈ ਮੈਕਸਿਮਮ ਮਿਲਦੀਆਂ ਹੈ ਡਿਸਕਾਊਂਟ ਤੇ ਇਹ ਲਾਏ ਬਾਅਦ ਕੰਟੀਨਿਊ ਤੇ ਕਲਿੱਕ ਕਰਨਾ ਹੈ ਤੇ ਕਲਿੱਕ ਕਰੇ ਬਾਅਦ ਬਸ ਨਾਮ ਨੰਬਰ ਆਈਡਰਸ ਭਰਨੇ ਬੱਚੇ ਠੀਕ ਹੈ ਨਾਮ ਨੰਬਰ ਐਡਰੈਸ ਨਾਮ ਨੰਬਰ ਈਮੇਲ ਆਈਡੀ ਪਿੰਨ ਕੋਡ ਵਗੈਰਾ ਹੋ ਗਿਆ ਹਾਊਸ ਨੰਬਰ ਹੋ ਗਿਆ ਫਲੈਟ ਨੰਬਰ ਬਿਲਡਿੰਗ ਨੰਬਰ ਏਰੀਆ ਸਟਰੀਟ ਕਲੋਨੀ ਵਿਲੇਜ ਲੈਂਡਮਾਰਕ ਦਾ ਮਤਲਬ ਘਰ ਦੇ ਨੇੜੇ ਕੀ ਹੈ ਇਹ ਸਾਰਾ ਕੁਝ ਭਰ ਕੇ ਕੰਟੀਨਿਊ ਤੇ ਕਲਿੱਕ ਕਰੋਗੇ ਤੁਹਾਨੂੰ ਉਹ ਐਡਰੈਸ ਕਨਫਰਮ ਕਰ ਲਓ ਇਹਦਾ ਮਤਲਬ ਇਹ ਨਹੀਂ ਹੈ ਕਿ ਐਡਰੈਸ ਗਲਤ ਹੈ ਇਹ ਸਿਰਫ ਤੁਹਾਨੂੰ ਕਨਫਰਮ ਕਰਨ ਲਈ ਕਹਿ ਰਿਹਾ ਹੈ ਤਾਂ ਹੀ ਕਨਫਰਮ ਤੇ ਕਲਿੱਕ ਕਰਨਾ ਯੂਪੀ ਤੋਂ ਪੇਮੈਂਟ ਕਰੋਗੇ ਕਿਤਾਬਾਂ ਤੁਹਾਡੀਆਂ ਆਰਡਰ ਹੋ ਗਈਆਂ ਆਰਡਰ ਹੁੰਦੇ ਸਰ ਕਿਤਾਬਾਂ ਦੀ ਪੀਡੀਐਫ ਵੀਡੀਓ ਲੈਕਚਰ ਤੇ ਗਾਈਡੈਂਸ ਸੈਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਬੇਸਿਕਸ ਤੋਂ ਪੜ੍ਹਨਾ ਚਾਹਣੋ ਪੰਜਾਬ ਮਹਾਪੈਕ ਨਾ ਗਵਾਇਆ ਜੀ Google ਤੋਂ ਜਾ ਕੇ ਸਿੱਧਾ ਜੁਆਇਨ ਕਰ ਸਕਦੇ ਹੋ ਤੇ ਸਾਡੇ ਛਾਰੇਕ ਪੇਪਰ ਦੀ ਤਿਆਰੀ ਹੈ ਠੀਕ ਹੈ ਤੇ ਇਹਨੂੰ ਤੁਸੀਂ ਬੱਚੇ ਸੇਮ ਪ੍ਰੋਸੈਸ ਤੋਂ ਮੈਂ ਦੱਸਿਆ ਹੀ ਹੈ ਅਡਾ ਦੀ ਐਪ ਤੇ ਜਾ ਕੇ ਪੰਜਾਬ ਅਡਾ 247 ਪਲੇ ਸਟੋਰ ਤੋਂ ਐਪ ਡਾਊਨਲੋਡ ਕਰ ਲਿਆ ਜੀ ਉੱਥੇ ਜਾਏ ਬਾਅਦ ਉੱਥੇ ਜਾ ਕੇ ਤੁਸੀਂ ਡਿਸਕਾਊਂਟ ਕੋਡ ਅਪਲਾਈ ਕਰਨਾ ਹੈ Y752 ਜੋ ਵੀ ਲੱਗਿਆ ਹੋਊਗਾ ਜਿੱਥੇ ਪੈਸੇ ਲਿਖੇ ਹੁੰਦੇ ਨੇ ਉਹਦੇ ਨਾਲ ਲਿਖੇ ਹੁੰਦੇ ਮੋਰ ਆਫਰ ਸੇਵ ਯੂ ਆਫਰ Y752 ਦੇ ਨਾਲ ਸਿੱਕੇ ਲਾ ਦੇ ਜੀ ਤੇ ਇਹੀ ਤੁਹਾਨੂੰ ਬੱਚੇ ਪੰਜਾਬ ਮਹਾਪੈਕ 1726 ਦਾ ਪੈਜੂਗਾ ਸ ਠੀਕ ਹੈ ਇਹਦਾ ਖਾਸ ਧਿਆਨ ਚ ਰੱਖਣਾ ਇਹਦੇ ਚ ਗਲਤੀ ਨਹੀਂ ਕਰਨੀ ਬਾਕੀ ਬੱਚੇ ਅੱਜ ਦੇ ਸੈਸ਼ਨ ਚ ਨਹੀਂ ਹੈ ਉਮੀਦ ਕਰਦਾ ਸੈਸ਼ਨ ਪਸੰਦ ਆਇਆ ਹੋਊਗਾ ਬਾਕੀ ਐਸੇ ਤਰੀਕੇ ਨਾਲ ਰਾਤ ਨੂੰ ਆਪਣੀ 8 ਵੇ ਡੇਲੀ ਕਲਾਸ ਹੁੰਦੀ ਹੈ ਉਹਦੇ ਚ ਬਣੇ ਰਿਹਾ ਕਰੋ ਤੇ ਅੱਜ ਦੇ ਸੈਸ਼ਨ ਚ ਨਹੀਂ ਹੈ ਸਭ ਨੂੰ ਬਹੁਤ ਸਾਰਾ ਪਿਆਰ ਹੈਪੀ ਦੀਵਾਲੀ ਇੱਕ ਵਾਰ ਫਿਰ ਤੋਂ ਤੇ ਸਭ ਆਪ ਦਾ ਧਿਆਨ ਰੱਖਿਓ ਤੇ ਐਸੇ ਤਰੀਕੇ ਨਾਲ ਪੜਦੇ ਰਹੋ ਸਸ਼ੀ ਕਾਲ ਸਕਦਾ ਬਾਏ ਬਾਏ